ਦੇਖੋ ਬਾਈ, ਸਾਡੀ ਨਾ ਸੋਸਾਇਟੀ ਸਭ ਦੀ ਸਾਂਝੀ ਆ। ਮੈਂ ਇੱਕ ਚੀਜ਼ ਸੋਚਦਾ ਹੁੰਦਾ ਕਿ ਇਹਨਾਂ ਦੀ ਕੁਰਸੀ ਮੈਂ ਬੈਠਾ ਹੁੰਦਾ, ਮੈਂ ਉਹਦਾ ਕੀ ਫਾੜ ਲੈਂਦਾ। ਮੈਨੂੰ ਅੱਜ ਇੱਥੇ ਆ ਕੇ ਲੱਗਿਆ ਵੀ ਹੁਣ ਇੱਕ ਵਾਰੀ ਨਹੀਂ, ਇੱਥੇ ਹੁਣ ਲਗਾਤਾਰ ਆਇਆ ਜਾਊਗਾ। ਦੇਖੋ ਇਹ ਵੀ 2100 ਸੇਵਾ ਦੇਣ ਆਇਆ, ਪੇਸ਼ੈਂਟ ਹੈ ਕਿ ਸਾਡੇ ਪਾਪਾ ਠੀਕ ਹੋ ਗਏ। ਤੁਸੀਂ ਮੇਰੇ ਲਈ ਇੱਕ ਇਨਸਪੀਰੇਸ਼ਨ ਹੋ ਤੇ ਮੇਰਾ ਦਿਲ ਸੱਚੀ ਬਾਰ ਬਾਰ ਕਰਦਾ ਕਿ ਮੈਂ ਇੱਥੇ ਆਵਾਂ। ਮਹਾਰਾਜ ਦੀ ਕਿਰਪਾ ਹੈ ਬਾਈ, ਖੱਟਣਾ 10 ਸਾਲ ਹੋ ਗਏ ਬਾਈ ਸਾਨੂੰ, ਜਿੰਨੇ ਕੁ ਸਾਹ ਹੁਣ ਬੱਚੇ ਨੇ ਮਹਾਰਾਜ ਇੱਥੇ ਹੀ ਲਵਾਉਣ। ਅੱਜ ਦੀ ਡੇਟ 'ਚ ਜੇ ਇਸ ਧਰਤੀ 'ਤੇ ਮੈਂ ਕਹਿ ਦੇਵਾਂ ਕਿ ਭਗਤਾਂ ਦੀਆਂ ਰੂਹਾਂ ਨੇ ਜਿਹੜੀਆਂ ਉਹ ਵਾਪਸ ਆਉਂਦੀਆਂ ਨੇ, ਉਹਨਾਂ 'ਚ ਸਾਡਾ ਛੋਟਾ ਭਰਾ ਅਨਮੋਲ। ਕਿਸੇ ਡੋਨਰ ਨੂੰ ਇਹ ਨਾ ਲੱਗੇ ਕਿ ਯਾਰ ਮੈਂ 500 ਰੁਪਏ ਦਿੱਤਾ ਅਤੇ ਮੇਰੇ ਗਏ ਕਿੱਥੇ, ਖਾ ਤਾਂ ਨਹੀਂ ਗਿਆ। ਇਹਨਾਂ ਵਿਚਾਰਿਆਂ ਦੀ ਕੋਈ ਇੰਟਰਵਿਊ ਹੋ ਗਈ ਅਤੇ ਲੋਕ ਇਹਨਾਂ ਦੀ ਵਾਈਫ ਨੂੰ ਫੋਨ ਕਰਨ ਲੱਗ ਗਏ ਕਿ ਤੂੰ ਇਹਨੂੰ ਛੱਡ ਦੇ, ਮੇਰੇ ਨਾਲ ਵਿਆਹ ਕਰਾ ਲੈ, ਛੱਡ ਦੇ ਮਰੀਜ਼ ਹੈ। ਅਨਮੋਲ ਦੇ ਮਾਂ ਪਿਓ ਦਾ ਸੰਸਕਾਰ ਹੈ, ਉਹਨਾਂ ਦਾ ਕੋਈ ਚੰਗਾ ਕਰਮ ਹੈ ਕਿ ਉਹਨਾਂ ਦੇ ਘਰੇ ਅਨਮੋਲ ਵਰਗਾ ਬੇਟਾ ਪੈਦਾ ਹੋਇਆ। ਕਈ ਵਾਰੀ ਗੁਰੂ ਮਹਾਰਾਜ ਨਾਲ ਗਿਲੇ ਕਰਦੇ ਆ ਨਾ ਕਿ ਬਾਬਾ ਜੀ ਸਾਡਾ ਆਹ ਨਹੀਂ ਸਿਰੇ ਚੜਿਆ, ਸਾਡਾ ਆਹ ਨਹੀਂ ਸਿਰੇ ਚੜਿਆ, ਮੈਂ ਆਹ ਗੱਡੀ ਲੈਣੀ ਸੀ, ਮੈਂ ਆਹ ਲੈਣਾ ਸੀ, ਇੱਥੇ ਆ ਕੇ ਵਿਚਾਲੇ। ਇੱਕ ਵਾਰੀ ਇਹਨਾਂ ਦੇ ਦੁੱਖ ਸੁਣੋ, ਦੇਖੋ ਦੁਨੀਆ ਕਿੱਥੇ ਵੱਸਦੀ ਹੈ। ਇਹ ਬਾਪੂ ਜੀ ਦਾ ਇਲਾਜ ਚੱਲ ਰਿਹਾ ਬਾਈ ਫਰੀਦਕੋਟ ਤੋਂ, ਕੱਲ੍ਹ ਦੇ ਆਏ ਹੋਏ ਨੇ, ਹੁਣ ਇਹਨਾਂ ਦੀ ਕੀਮੋ ਚੱਲ ਰਹੀ, ਹੁਣ ਸਮਝਣ ਵਾਲੀ ਗੱਲ ਹੈ। ਇੱਕ ਇਹਨਾਂ ਦਾ ਬੱਚਾ ਪੁੱਛਦਾ ਨਹੀਂ, ਹੁਣ ਘਰ 'ਚ ਕੋਈ ਇਹਨਾਂ ਨੂੰ ਮੈਡੀਸਨ ਸਮਝਾਉਣ ਵਾਲਾ ਹੀ ਹੈ ਨਹੀਂ ਕਿ ਮੈਡੀਸਨ ਕਿੱਦਾਂ ਖਾਣੀ ਆ, ਕਿਹੜੀ ਖਾਣੀ ਆ, ਕੀ ਕੀਮੋਥੈਰੇਪੀ, ਕਿੱਥੇ ਕਦੋਂ ਜਾਣਾ। ਹੁਣ ਅਸੀਂ ਫਾਈਨੈਂਸ਼ੀਅਲ ਹੈਲਪ ਤਾਂ ਕਰ ਸਕਦੇ ਹਾਂ, ਪਰ ਨਾਲ ਕੌਣ ਬਾਪੂ ਜੀ ਦਾ ਐਜ਼ ਅ ਵਲੰਟੀਅਰ ਕੌਣ ਬਣੇ? ਨਹੀਂ ਫਰੀਦਕੋਟ ਤੋਂ ਵੀ, ਫਰੀਦਕੋਟ ਮੈਡੀਕਲ। ਐਕਚੁਅਲੀ ਅਸੀਂ 99% ਸਰਕਾਰੀ ਹੀ ਕਰਾਉਂਦੇ ਹਾਂ, ਕਿਉਂਕਿ ਪ੍ਰਾਈਵੇਟ ਤਾਂ ਇਲਾਜ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਜਿੰਨੇ ਮਰੀਜ਼ ਨੇ ਸਾਨੂੰ 2 ਕਰੋੜ ਰੁਪਏ ਵੀ ਤੁਸੀਂ ਹੁਣ ਹੀ ਲਿਆ, ਉਹ ਵੀ ਘੱਟ ਹੈ, ਕਿਉਂਕਿ ਪ੍ਰਾਈਵੇਟ 'ਚ ਤਾਂ ਕਿਸੇ ਦਾ 25 ਲੱਖ ਕੈਂਸਰ 'ਤੇ ਲੱਗ ਰਿਹਾ, ਕਿਸੇ ਦਾ 20 ਲੱਖ ਲੱਗ ਰਿਹਾ। ਸਾਡੇ ਕੋਲ ਡੋਨੇਸ਼ਨ ਹੈਗੀ ਹੈ, ਪਰ ਇੰਨੀ ਐਕਸਟੈਂਡ ਨਹੀਂ ਹੈਗੀ ਕਿ ਅਸੀਂ ਮਤਲਬ ਸਾਰਿਆਂ ਦਾ ਪ੍ਰਾਈਵੇਟ ਕਰਾ ਸਕੀਏ। ਤਾਂ ਫਿਰ ਅਸੀਂ ਕੋਸ਼ਿਸ਼ ਕਰੀਦੀ ਕਿ ਟ੍ਰੀਟਮੈਂਟ ਦੀ ਜ਼ਿੰਮੇਵਾਰੀ ਸਾਡੀ, ਪਰ ਕਰਾਵਾਂਗੇ ਸਰਕਾਰੀ। ਜੇ ਪ੍ਰਾਈਵੇਟ ਕਰਾਵਾਂਗੇ ਫਿਰ ਸਭ ਦਾ ਪ੍ਰਾਈਵੇਟ ਕਰਾਉਣਾ ਪੈਣਾ, ਜਾਂ ਫਿਰ ਅਸੀਂ ਦੇਖਦੇ ਹਾਂ ਕਿ ਜਿਹਦਾ ਸਰਕਾਰੀ ਨਹੀਂ ਹੋ ਰਿਹਾ, ਕੋਈ ਵਾਰੀ ਲੇਟ ਆ ਰਹੀ ਹੈ, ਫਿਰ ਅਸੀਂ ਉਹਨਾਂ ਦਾ ਪ੍ਰਾਈਵੇਟ ਕਰਾ ਦਿੰਦੇ। ਡੋਨੇਸ਼ਨ 'ਤੇ ਡਿਪੈਂਡਡ ਆ ਬਾਈ, ਕਈ ਵਾਰ ਡੋਨੇਸ਼ਨ ਹੁੰਦੀ, ਕਈ ਵਾਰ ਨਹੀਂ ਹੁੰਦੀ। ਇਹਨਾਂ ਦਾ ਬੇਟਾ ਹੈ ਬਾਈ ਰਾਜੇ, ਤੁਸੀਂ ਦਵਾਈਆਂ ਸਮਝਾ ਦਿਆ ਕਰੋ ਜਿਹੜੀਆਂ ਬਜ਼ੁਰਗਾਂ ਨੂੰ ਚਾਹੀਦੀਆਂ ਹੁੰਦੀਆਂ ਦੇਣ ਵਾਸਤੇ। ਕੋਈ ਨੀ ਬਾਪੂ ਜੀ, ਬੈਠੋ, ਕਰਾਨੇ ਤੁਹਾਡੀ ਹੈਲਪ ਕਰਾਂਗੇ, ਬੈਠੋ, ਭੇਜੋ ਪੇਸ਼ੈਂਟ ਬਾਪੂ ਜੀ, ਕਰਾਨੇ ਦੋ ਮਿੰਟ ਬੈਠੋ ਬਸ। ਇਹਨਾਂ ਦਾ ਭਾਜੀ ਇੱਕ ਬੱਚਾ ਜਿਹੜਾ ਸਪੈਸ਼ਲੀ ਬਲੈਸ ਸੀਗਾ ਉਹ ਤਾਂ ਪੂਰਾ ਹੋ ਗਿਆ, ਬਾਕੀ ਇਹਨਾਂ ਦੀ ਮਦਰ ਦੀ ਹੈਲਪ ਇੱਥੋਂ ਚੱਲ ਰਹੀ ਹੈ, ਲੱਤ ਟੁੱਟੀ ਪਈ ਸੀ ਪਿਛਲੇ ਤਕਰੀਬਨ 4-5 ਸਾਲਾਂ ਤੋਂ, ਇਹਨਾਂ ਦੇ ਪਰਿਵਾਰ ਦੀ ਮਦਦ ਚੱਲ ਰਹੀ ਹੈ। ਬੱਚਾ ਐਕਸਪਾਇਰ ਹੋ ਗਿਆ, ਪਹਿਲਾਂ ਬੱਚੇ ਦੀ ਚੱਲਦੀ ਸੀ, ਫਿਰ ਮਦਰ ਦੀ ਲੱਤ ਟੁੱਟ ਗਈ, ਹੁਣ ਉਹ ਟ੍ਰੀਟਮੈਂਟ ਕਰਾ ਕੇ ਆਪਣਾ ਇੱਥੇ ਆਏ ਨੇ। ਪੇਸ਼ੈਂਟ ਆਟੋ 'ਚ ਹੀ ਬੈਠਾ, ਬੱਚਾ ਐਕਸਪਾਇਰ ਹੋ ਗਿਆ ਬਾਈ ਇਹਨਾਂ ਦਾ। ਕਿੰਨੀ ਉਮਰ ਸੀ? 12 ਸਾਲ ਦਾ। ਕੀ ਦਿੱਕਤ ਹੋ ਗਈ ਸੀ? ਸਪੈਸ਼ਲੀ ਬੱਚਾ ਸੀ, ਤੇ ਬਾਅਦ 'ਚ ਇਹਨਾਂ ਨੇ ਇਲਾਜ ਕਰਾਇਆ, ਸਹੀ ਹੋ ਗਿਆ ਸੀ ਬਿਲਕੁਲ। ਸਾਡੇ ਕੋਲ ਰੋਜ਼ ਐਵਰੇਜ 100-150 ਪੇਸ਼ੈਂਟ ਹੁੰਦੇ ਜੀ ਬਾਈ, ਮਤਲਬ ਹਰ ਸ਼ਹਿਰ 'ਚ ਟੀਮ ਹੈ ਬਾਈ। ਹੁਣ ਅਸੀਂ ਇੱਕ ਨਵੀਂ ਜਗ੍ਹਾ ਬਣਾ ਰਹੇ, ਮੈਂ ਤੁਹਾਨੂੰ ਬੇਨਤੀ ਕਰੂੰ ਤੇ ਉੱਥੇ ਵੀ ਚਰਨ ਪਾਇਓ। ਮੈਂ ਕਹਿਣ ਹੀ ਲੱਗਿਆ ਸੀ ਵੀਰੇ ਤੁਸੀਂ ਕੋਈ ਹਸਪੀਟਲ। ਹਾਂਜੀ ਬਾਈ, ਉੱਥੇ ਕਿੱਲਾ ਜਗ੍ਹਾ ਸਾਨੂੰ ਲੋਕਾਂ ਨੇ ਡੋਨੇਟ ਕਰਤੀ, ਤੇ ਉੱਥੇ ਬਾਈ OPD ਸਿਸਟਮ ਬਣਾ ਰਹੇ ਹਾਂ ਕਿ ਚਲੋ ਮਹਾਰਾਜ ਕਿਰਪਾ ਕਰਨ, ਮੈਂ ਤਾਂ ਚਾਹੁੰਦਾ ਹਰ ਜਨਮ ਬਾਈ ਮੈਂ ਇਹੀ ਸੇਵਾ ਮਿਲੇ, ਮੈਨੂੰ ਕੁਛ ਹੋਰ ਨਹੀਂ ਕਰਨਾ। ਤੇ ਉੱਥੇ ਮਤਲਬ ਰੋਜ਼ 2000-2500 ਪੇਸ਼ੈਂਟਸ ਦੀ OPD ਹੀ ਕਰਾਂਗੇ, ਮੈਡੀਸਨਸ, ਟੈਸਟ, ਇਲਾਜ, ਓਪਰੇਸ਼ਨ। ਮਤਲਬ ਗੁਰੂ ਮਹਾਰਾਜ ਕਿਰਪਾ ਕਰਨ, ਪੰਜਾਬ 'ਚ ਕੋਈ ਮਰੀਜ਼ ਪੈਸਿਆਂ ਕਰਕੇ ਨਹੀਂ ਮਰੇ। ਚੱਲ ਰਿਹਾ ਪੂਰਾ ਫੁੱਲ ਚੱਲ ਰਿਹਾ ਬਾਈ, ਉਹ 4 ਦੀਵਾਰੀ ਸ਼ੁਰੂ ਹੋ ਗਈ ਬਾਈ, ਬਸ ਮਹੀਨੇ ਕੁ 'ਚ ਆਪਾਂ ਨੀਂਹ ਪੱਥਰ ਰੱਖ ਕੇ ਤੁਹਾਡਾ ਚਰਨ ਪਵਾ ਕੇ। ਹਾਂ ਜ਼ਰੂਰ ਆਇਓ ਬਾਈ, ਸਾਰੇ ਅਸੀਂ ਇਕੱਠੇ ਆਵਾਂਗੇ। ਸਾਡਾ ਮੇਨ ਮਕਸਦ ਨਾ ਬਾਈ ਬਸ ਇਹੀ ਹੈ ਕਿ ਡੋਨੇਸ਼ਨ ਮੇਨ ਮਕਸਦ ਨਹੀਂ, ਮੇਨ ਮਕਸਦ ਹੈ ਕਿ ਅਵੇਅਰਨੈਸ ਹੋਵੇ, ਕਿਉਂਕਿ ਤੁਹਾਨੂੰ ਵੀ ਬਾਈ ਲੱਖਾਂ ਲੋਕ ਪਿਆਰ ਕਰਦੇ ਨੇ, ਜਾਣਦੇ ਨੇ ਤੁਹਾਡੇ ਇੱਥੇ ਆਉਣ ਨਾਲ ਕੀ ਹੋਏਗਾ। ਜੇ ਅੱਜ ਮੈਂ ਸਪੋਜ਼ ਪੋਸਟ ਪਾ ਦਿੰਦਾ ਨਾ ਤੁਸੀਂ ਤਿੰਨੋਂ ਆ ਰਹੇ ਹੋ, ਤਾਂ ਇੱਥੇ 5000 ਬੰਦੇ ਨੇ ਤੁਹਾਨੂੰ ਦੇਖਣ ਹੀ ਆਉਣਾ ਸੀ। ਹੁਣ ਮੈਂ ਜੇ 5000 ਬੰਦੇ ਨੂੰ ਕਹਾਂ ਯਾਰ 500-500 ਰੁਪਏ ਕੱਢੋ ਜੇਬ 'ਚੋਂ, ਉਹਨਾਂ ਨੂੰ ਕੋਈ ਦਿੱਕਤ ਨਹੀਂ,
ਪਰ ਮੇਰਾ ਮੈਂ ਜਿਵੇਂ ਕਈ ਵਾਰ ਸੋਸ਼ਲ ਮੀਡੀਆ 'ਤੇ ਥੋੜ੍ਹਾ ਓਵਰ ਵੀ ਬੋਲ ਜਾਂਦਾ। ਰੀਜ਼ਨ ਕੀ ਹੁੰਦਾ, ਹੁਣ ਦੁੱਖ ਤੁਸੀਂ ਸੁਣੇ, ਹੁਣ ਤੁਹਾਡੀ ਜੇਬ 'ਚ 100,000 ਰੁਪਇਆ ਤੁਸੀਂ ਦੇਤਾ, 200,000 ਦੇਤਾ, ਪਰ ਲੋੜ ਤਾਂ ਰੋਜ਼ 200,000 ਦੀ ਹੈ, ਇੱਥੇ ਕੀ ਕਰੋਗੇ? ਫਿਰ ਮੈਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਹਿਣਾ ਪੈਂਦਾ ਕਿ ਭਾਈ ਜਦੋਂ ਕਿਸੇ ਆਰਟਿਸਟ ਨੂੰ ਦੇਖਣ ਜਾਂਦੇ ਹੋ 5,000 ਦੀ ਟਿਕਟ ਬਲੈਕ 'ਚ 12 ਦੀ ਲੈਂਦੇ ਹੋ, ਇੱਥੇ ਵੀ 5-7,000 ਦੀ ਕਿਸੇ ਗਰੀਬ ਦੀ ਮਦਦ ਕਰ ਜਾਓ। ਮੈਂ ਤਾਂ ਮੰਗ ਨਹੀਂ ਰਿਹਾ, ਸਹੀ ਗੱਲ, ਮੈਂ ਤਾਂ ਕਹਿੰਦਾ ਬਈ ਆਹ ਮਰੀਜ਼ ਬੈਠਾ, ਆਹ ਮਰੀਜ਼ ਬੈਠਾ ਬਈ, ਜੈਨੂਇਨ ਆ, ਲੋੜਵੰਦ ਆ, ਤੁਸੀਂ ਇਨਕੁਆਇਰੀ ਕਰੋ। ਬੱਚੇ ਨੂੰ ਕੀ ਹੋਇਆ? ਅੱਜ ਹੀ ਆਇਆ ਬਈ, ਨਵਾਂ ਪੇਸ਼ੈਂਟ ਆਇਆ। ਕੀ ਹੋਇਆ ਜੀ ਤੁਹਾਨੂੰ? ਕਿਉਂ ਬੈਠੋ, ਤੁਸੀਂ ਬੈਠੋ, ਪਲੀਜ਼ ਬੈਠੋ। ਕੀ ਹੋਇਆ? ਗਿਰ ਗਿਆ ਸਕੂਲ ਮੇ, ਗਿਆ ਗਿਰ ਗਿਆ ਸਕੂਲ ਮੇ ਪੜ੍ਹਨੇ ਕੇ ਲਈ। ਕੀ ਬੋਲੇ ਡਾਕਟਰ? ਕਿੰਨੇ ਪੈਸੇ ਮੰਗ ਰਹੇ? 50,000। ਆਹ ਦੇਖੋ ਭਾਜੀ, ਹੁਣ ਆਹ ਲੱਤ, ਆਹ ਬਾਂਹ ਟੁੱਟੀ ਪਈ ਆ, ਗਿੱਟਾ ਟੁੱਟ ਗਿਆ ਇਹਨਾਂ ਦਾ, ਉਹ ਟੁੱਟ ਗਿਆ ਬਈ। ਆਹ ਦੇਖ ਰਹੇ ਹੋ? ਆਹ ਦੇਖੋ, ਹੁਣ ਕਿਹੜਾ ਪਿਓ ਆ ਬਈ ਜਿਹਦੇ ਕੋਲ ਇਲਾਜ ਜੋਗੇ ਪੈਸੇ ਆਉਣ ਤੋਂ ਐਂ ਰੁੜਦਾ? ਫਿਰ ਹੁਣ ਟ੍ਰੀਟਮੈਂਟ ਇਹਨਾਂ ਦਾ 20-25,000 ਦਾ, ਪਰ ਗਾਈਡੈਂਸ ਨਹੀਂ ਹੈ, ਕੁਛ ਆਪ ਕਰ ਸਕਦੇ ਨੇ, ਕੁਛ ਅਸੀਂ ਇਕੱਠੇ ਕਰਾ ਦਾਂਗੇ, ਕੋਈ ਡੋਨਰ ਦੇ ਦੇਗਾ, ਕੁਛ ਆਪ ਕਰ ਲਾਂਗੇ, ਬੱਚੇ ਦਾ ਇਲਾਜ। ਆਪ ਇਨਕੇ ਤੁਹਾਡੇ ਕੀ ਲੱਗਦੇ ਪੇਸ਼ੈਂਟ? ਆਹ ਇਹਨਾਂ ਦੇ ਮਦਰ ਐਡਮਿਟ ਨੇ ਬਾਈ, ਲੱਤ ਗਲ ਗਈ। ਹੁਣ ਜੇ ਇਹ ਪੇਸ਼ ਇੱਦਾਂ ਦੇ ਪੇਸ਼ੈਂਟ ਦਾ ਟ੍ਰੀਟਮੈਂਟ ਨਹੀਂ ਹੁੰਦਾ ਤਾਂ ਬਈ ਮਤਲਬ ਲੱਤ ਕੱਟਣੀ ਪੈ ਜਾਂਦੀ ਹੈ, ਮਤਲਬ ਉਹ ਲੈਕ ਆਫ ਅਵੇਅਰਨੈਸ ਜ਼ਿਆਦਾ ਵੱਡੀ ਗੱਲ ਹੈ। ਕਿਉਂਕਿ ਜਿੱਦਾਂ ਹੁਣ ਜਿਹੜਾ ਪੇਸ਼ੈਂਟ ਐਕਸਪਾਇਰ ਹੋ ਗਿਆ, ਪਰ ਕੱਲ੍ਹ ਜੇ ਉਹ 3 ਦਿਨ ਪਹਿਲਾਂ ਸਾਡੇ ਕੋਲ ਆ ਜਾਂਦਾ ਤਾਂ ਉਹਦਾ ਫ੍ਰੀ ਟ੍ਰੀਟਮੈਂਟ ਠੀਕ ਹੋ ਜਾਣਾ ਸੀ ਉਹਨੇ, ਪਰ ਉਹ ਰੁਲਦੇ ਰਹੇ ਵਿਚਾਰੇ ਇੱਧਰ ਉੱਧਰ, ਕਿਸੇ ਨੇ ਫ੍ਰੀ ਸਲਾਹ ਨਹੀਂ ਦਿੱਤੀ ਵਧੀਆ, ਤਾਂ ਵਿਚਾਰਾ ਪੇਸ਼ੈਂਟ ਪੂਰਾ ਹੋ ਗਿਆ। ਕਰਵਾਤੇ ਆਪੇ ਇਲਾਜ? ਕੋਈ ਨੀ, ਉਹ ਖੁਦਾ ਬੈਠਾ, ਕਰਵਾ ਦੇਂਗੇ ਆਪੇ ਇਲਾਜ, ਕਰਵਾ ਦੇਂਗੇ। ਆਪ 2 ਮਿੰਟ ਬੈਠੀ, ਭੇਜਿਓ ਭਾਜੀ। ਅਭੀ ਗਰਾਊਂਡ ਲੈਵਲ ਤੇ ਨਾ ਬਈ ਬਹੁਤ ਕਮੀ ਹੈ, ਪਰ ਡੋਨੇਸ਼ਨ ਇਕੱਠੀ ਕਰਨ ਲਈ ਸਿਰਫ ਸੋਸ਼ਲ ਮੀਡੀਆ ਯੂਜ਼ ਹੁੰਦਾ, ਪਰ ਖਪਾਉਣ ਲਈ ਗਰਾਊਂਡ ਨਹੀਂ ਯੂਜ਼ ਹੁੰਦੀ, ਸਮਝ ਰਹੇ ਹੋ? ਮੈਂ ਸਪੋਜ਼ ਇਹਨਾਂ ਦੀ ਹੁਣ ਵੀਡੀਓ ਪਾ ਦਾਂ ਆਪਣੇ ਸੋਸ਼ਲ ਮੀਡੀਆ ਤੇ, ਜੇ 5 ਮਿਲੀਅਨ ਅਸੀਂ ਵਿਊ ਆ ਗਏ, 5 ਮਿਲੀਅਨ ਚੋਂ 5,000 ਬੰਦਾ ਤਾਂ ਹੈਲਪ ਕਰੇਗਾ, 5,000 ਨੇ ਕਰਤੀ, ਕਿੰਨੇ ਪੈਸੇ ਹੋ ਗਏ? ਮਿਸਯੂਜ਼ ਹੋ ਰਿਹਾ ਡੋਨੇਸ਼ਨ ਦਾ, ਡੋਨੇਸ਼ਨ ਬਹੁਤ ਹੈ ਪਰ ਲੋਕਾਂ ਕੋਲ ਸਮਾਂ ਨਹੀਂ ਹੈ ਉੱਠ ਕੇ ਆਉਣ ਦਾ, ਹਰ ਇੱਕ ਬੰਦਾ ਚਾਹੁੰਦਾ ਯਾਰ ਮੈਂ ਕਰਾਂ, ਪਰ ਕਈ ਵਾਰ ਮਿਸਯੂਜ਼ ਇੰਨਾ ਹੋ ਜਾਂਦਾ ਬਾਈ ਕਿ ਹੁਣ ਆਹ ਬੰਦੇ ਲੱਤ ਲੱਗਣੀ ਹੈ ਬਾਈ। ਇਹਨਾਂ ਦਾ 3 ਮਹੀਨੇ ਪਹਿਲਾਂ ਮਾਰਚ 'ਚ ਐਕਸੀਡੈਂਟ ਹੋ ਗਿਆ, ਉਦੋਂ ਇਹਨਾਂ ਦੇ ਲੱਤ ਦੇ 'ਚ ਰਾੜ ਪਈ, ਉਹ ਵੀ ਇੱਥੋਂ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ, ਡੋਨਰਾਂ ਨੇ ਕਰਾਈ। ਇਹਨਾਂ ਦੀ ਇਨਕੁਆਇਰੀ ਦਿਖਾਇਓ। ਆਹ ਦੇਖੋ ਭਾਜੀ, ਮੁੰਡਾ ਇਹਨਾਂ ਦੇ ਘਰ ਜਾਏਗਾ, ਉਹ ਇਨਕੁਆਇਰੀ ਕਰਕੇ ਆਇਆ। ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਨਾ ਭਾਜੀ ਜੋ ਘਰ ਦੇ ਹਾਲਾਤ ਬੋਲਦੇ ਨੇ ਨਾ, ਉਹ ਇੱਥੇ ਪੇਸ਼ੈਂਟ ਬੈਠਾ ਨਹੀਂ ਬੋਲ ਸਕਦਾ। ਆਹ ਕੱਚਾ ਘਰ ਹੈ ਭਾਜੀ, ਛੱਤ ਹੈ ਨਹੀਂ, 2 ਭਰਾ ਨੇ, ਵੈਸੇ ਆਪਾਂ ਕਹਿੰਦੇ ਪੰਜਾਬ ਨਸ਼ਿਆਂ 'ਚ ਰੁਲ ਗਿਆ, ਆਹ 2 ਭਰਾ ਨੇ, ਦੇਖੋ ਬੈਠੋ ਬਾਈ। ਹੁਣ ਦੋਨੋਂ ਭਰਾ ਵਿਚਾਰੇ ਕੋਈ ਨਸ਼ਾ ਨਹੀਂ ਕਰਦੇ, ਮਿਹਨਤ ਕਰਦੇ ਨੇ, ਬਜ਼ੁਰਗ ਮਾਂ ਬਾਪ ਨੂੰ ਪਾਲਦੇ ਨੇ, ਹੁਣ ਜੇ ਇਹਨਾਂ ਦੀ ਵੀ ਮਦਦ ਨਾ ਹੋਵੇ ਤਾਂ ਫਿਰ ਨਸ਼ੇ ਵਾਲੇ ਠੀਕ ਨੇ, ਨਾਲੇ ਦੇਖ ਕੇ ਕਿੰਨੇ ਬੰਦੇ ਨੇ ਜਿਹੜੇ ਹੋਰ ਲੱਗਣਗੇ। ਯੈਸ, ਹੁਣ ਇਹਨਾਂ ਦੀ ਲੱਤ ਲੱਗਣੀ ਆ, 75,000 ਦੀ ਲੱਤ ਲੱਗਣੀ ਆ, ਕੁਛ ਇਹ ਇਕੱਠੇ ਕਰਨਗੇ, ਕੁਛ ਇੱਥੋਂ ਡੋਨਰ ਕਰਦੇ, ਇਹਨਾਂ ਦੀ ਲੱਤ ਲੱਗ ਜਾਵੇ, ਅਗਲਾ ਕੰਮ ਕਰ ਲਏ। ਹੁਣ ਜੇ ਬਾਈ ਨਾਲ ਆ ਤੁਹਾਡੇ ਸਾਰੇ, ਪੂਰਾ 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 ਮਾਹੌਲ ਖੜੇ ਆ ਨਾਲ, ਵੀ ਕਹਿੰਦਾ ਚਲੋ ਆ ਘਰ ਹੈ ਬਾਈ ਇਹਨਾਂ ਦਾ। ਹੁਣ ਗੱਲ ਕੀ ਹੈ, ਲੋਕ ਪਿੰਡ ਕਿਹੜਾ ਜਿਹੜਾ ਜਲਵਾਨ, ਐਕਚੁਅਲੀ ਨਾ ਬਾਈ ਪੰਜਾਬ 'ਚ ਜੇ 13,000 ਪਿੰਡ ਹੈ ਨਾ, ਤਾਂ 13,00,000 NRI ਗਏ। ਹੁਣ ਸਾਡੇ ਕੋਲ ਵੀ ਜਿੰਨੇ ਨੇ 90% NRI ਨੇ, ਹੁਣ NRI ਵਿਚਾਰਾ ਕਨਫਿਊਜ਼ ਹੈ ਕਿ ਮਾਇਆ ਦੇਈਏ ਕਿਹਨੂੰ, ਕਿਉਂਕਿ ਚੋਰ ਵਿਆਰੀ ਵੀ ਬੜੀ ਹੈ, NGO ਬਦਨਾਮ ਵੀ ਬੜੀਆਂ ਨੇ, ਚੋਰ ਨੇ ਪੈਸੇ ਖਾ ਗਏ, ਪਰ ਕੋਈ ਇੱਥੇ ਆ ਕੇ ਬਹਿ ਕੇ ਨਹੀਂ ਦੇਖਦਾ ਕਿ ਕੰਮ ਅਸਲ 'ਚ ਹੋ ਕੇ ਮੇਰੇ। ਸੋਸ਼ਲ ਮੀਡੀਆ ਦੇਖਿਆ, ਜਜਮੈਂਟ ਕਰ ਲਈ ਕਿ ਉਹ ਤੋਂ ਪੈਸੇ ਖਾਂਦੇ ਨੇ, ਤਾਂ ਮੈਨੂੰ ਇਹੀ ਹੁੰਦਾ ਕਿ ਤੁਸੀਂ ਆਓ। ਤੁਹਾਨੂੰ ਸਟਾਰਟਿੰਗ 'ਚ ਕਹਿੰਦਾ ਸੀ ਕਿ ਵਧੀਆ ਕੀਤਾ ਤੁਸੀਂ ਵੀਰੇ, ਬਾਕੀ ਚਲੋ ਲੋਕਾਂ ਦਾ ਕੰਮ ਹੈ, ਹਟਣਾ ਵੀ ਨਹੀਂ ਅਨਮੋਲ। ਨਹੀਂ ਨਹੀਂ ਬਾਈ, ਕੋਈ ਕਹਿਦੇ ਹੀ ਰਹਿਣਾ, ਮਹਾਰਾਜ ਦੀ ਕਿਰਪਾ ਹੈ ਬਾਈ, ਆਪਾਂ ਕੰਮ ਕਰਦੇ ਹਟਣਾ ਹੀ, 10 ਸਾਲ ਹੋ ਗਏ ਬਾਈ ਸਾਨੂੰ, ਜਿੰਨੇ ਕੁ ਸਾਹ ਹੁਣ ਬਚੇ ਨੇ ਮਹਾਰਾਜ ਇੱਥੇ ਹੀ ਲਵਾਉਣ ਸਾਨੂੰ, ਕੋਈ ਨਹੀਂ ਤੁਹਾਡੀ ਲਵਾਵਾਂਗੇ ਲੱਤ, ਤੁਸੀਂ ਬੈਠੋ। ਹੁਣ ਜਦੋਂ ਇੰਨੇ ਪੇਸ਼ੈਂਟਸ ਆਉਣ ਨਾ ਬਾਈ, ਤਾਂ ਸੋਸ਼ਲ ਮੀਡੀਆ ਤੇ ਤੁਹਾਡੇ ਆਉਣ ਨਾਲ ਕੀ ਹੁੰਦਾ, ਵੀਡੀਓਜ਼ ਵਾਇਰਲ ਹੁੰਦੀਆਂ ਨੇ, ਵਾਇਰਲ ਹੋਣਾ ਨਾ ਕੋਈ ਬੰਦਾ ਵਿਚਾਰਾ ਤਰਸ ਆ ਜਾਂਦਾ ਉਹਨੂੰ, ਯਾਰ ਚੱਲ ਮੈਂ ਵੀ 5,000 ਦਿਆਂ ਵਾ। ਮੈਨੂੰ ਇਹ ਲੱਗਦਾ ਕਿ ਸਾਡੀ ਇਹ ਨਾ, ਚਲੋ ਸਾਡੇ ਆਉਣ ਨਾਲ ਕੋਈ ਬੜੀ ਵੱਡੀ ਗੱਲ ਨਹੀਂ, ਸਾਨੂੰ
ਅੱਜ ਮੈਨੂੰ ਇੱਥੇ ਬਹਿ ਕੇ ਮਹਿਸੂਸ ਹੋ ਰਿਹਾ ਕਿ ਸਾਨੂੰ ਉਰੇ ਮਹੀਨੇ ਚ ਇੱਕ ਵਾਰੀ ਕਿਉਂ ਨਾ ਆਉਣਾ ਪਵੇ, ਆਉਣਾ ਚਾਹੀਦਾ, ਸਾਡਾ ਫਰਜ਼ ਵਟਸਐਪ ਚੈੱਕ ਕਰ ਲੋ, ਰੋਜ਼ ਦੀ 25,000 ਦੀ ਦਵਾਈ ਜਾ ਰਹੀ ਹੈ, ਉਹ 25,000 ਰੋਜ਼ ਕਿੱਥੋਂ ਡੋਨੇਸ਼ਨ ਕਿੱਥੋਂ ਪੈਦਾ ਹੋਣੀ ਬਾਈ? ਗਰੁੱਪ ਹੈ ਸਾਡਾ ਫਰੀਦਕੋਟ ਦਾ, ਤੁਸੀਂ ਜੇ ਗਰੁੱਪ ਦੀ ਇਕੱਲੀ ਮੈਡੀਕਲ ਦੀ ਰਸੀਦਾਂ ਚੈੱਕ ਕਰੀ ਜਾਓ ਬਈ, ਅੱਜ ਦੀ, ਕੱਲ੍ਹ ਦੀ, ਪਰਸੋਂ ਦੀ, ਔਰ ਹਰ ਸ਼ਹਿਰ ਦੇ ਵਿੱਚ ਬਈ, ਇਕੱਲਾ ਫਰੀਦਕੋਟ ਹੈ, PGI ਦੇ ਵਿੱਚ, ਚੰਡੀਗੜ੍ਹ, ਫਰੀਦਕੋਟ, ਅੰਮ੍ਰਿਤਸਰ, ਮਤਲਬ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਮਰੀਜ਼ ਤਾਂ ਭਾਜੀ ਬਹੁਤ ਜ਼ਿਆਦਾ ਨੇ ਵਿਚਾਰੇ, ਕਈਆਂ ਨੂੰ ਦਵਾਈਆਂ, ਹੁਣ ਆਹ ਗਰੁੱਪ ਹੈ ਸਾਡਾ, ਤੁਸੀਂ 2-4 ਦਿਨ ਦੀਆਂ ਚੈਟਾਂ ਹੀ ਦੇਖ ਲਓ, ਫਿਰ ਉਹਨਾਂ ਸ਼ਹਿਰਾਂ 'ਚ ਮਤਲਬ ਬੰਦੇ ਡੋਨਰ ਜਾਂਦੇ ਨੇ ਬਈ, ਮਤਲਬ ਇੱਕ ਇੱਕ ਕਿਸੇ ਡੋਨਰ ਨੂੰ ਇਹ ਨਾ ਲੱਗੇ ਕਿ ਯਾਰ ਮੈਂ 500 ਰੁਪਏ ਦਿੱਤਾ ਤੇ ਮੇਰੇ ਗਏ ਕਿੱਥੇ, ਖਾ ਤਾਂ ਨਹੀਂ ਗਿਆ। ਕੀ ਬਾਪੂ ਜੀ ਤੁਹਾਡਾ ਹੁਕਮ ਲਾਓ, ਤੁਸੀਂ ਵੀ ਹੈਲਪ ਲੈ ਰਹੇ ਹੋ ਨਾ, ਤੁਰ ਪ੍ਰਾਣੀ, ਕੌਣ ਹੈ ਪੇਸ਼ੈਂਟ ਭਾਜੀ? ਅੱਛਾ, ਬੱਚੇ ਨੂੰ ਸ਼ੂਗਰ, ਕਦੋਂ ਤੋਂ ਤੁਸੀਂ ਹੈਲਪ ਲੈ ਰਹੇ ਹੋ ਬਾਪੂ ਜੀ? ਕਿੰਨੇ ਦੀ ਦਵਾਈ ਆਉਂਦੀ ਮਹੀਨੇ ਦੀ ਇਹਨਾਂ ਦੀ? 10,000 ਦੀ, ਦੇਖ ਲਓ ਭਾਜੀ, ਪਿਛਲੇ 10 ਮਹੀਨੇ ਤੋਂ ਹੈਲਪ ਲੈ ਰਹੇ ਨੇ, 10,000 ਦੀ ਦਵਾਈ ਹੈ। ਕਿੰਨੀ ਉਮਰ ਕਿੰਨੀ ਹੈ? 14 ਸਾਲ ਪੜ੍ਹਦਾ ਜੀ, 10 ਮਹੀਨੇ ਪਹਿਲਾਂ ਪਤਾ ਲੱਗਿਆ ਵੀ ਇਹਨੂੰ ਡਾਇਬੀਟੀਜ਼ ਹੈ ਜੀ। ਕਿੰਨਾ ਚਿਰ ਹੋ ਗਿਆ? 70-80 ਹੋਣੇ, ਰੈਗੂਲਰ ਖਰਚੇ ਬਹੁਤ ਜ਼ਿਆਦਾ ਨੇ, ਕਿਉਂਕਿ ਜਿਨ੍ਹਾਂ ਨੂੰ ਤੁਸੀਂ ਇੱਕ ਵਾਰੀ ਕਮਿਟਮੈਂਟ ਕਰਤੀ, ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਅੱਜ ਡੋਨਰ ਨਹੀਂ ਆਇਆ ਘਰੇ ਜਾਓ। ਸਹੀ ਗੱਲ ਆ, ਉਹ ਕਹਿੰਦਾ ਯਾਰ ਤੁਹਾਡੇ ਕੋਲ ਇੱਕ ਜ਼ਿੰਮੇਵਾਰੀ ਬਣ ਗਈ, ਉਮੀਦ ਨਾਲ ਆਇਆ ਤਾਂ ਸਾਨੂੰ ਕਿਸੇ ਵੀ ਤਰੀਕੇ ਡੋਨਰ ਮਤਲਬ ਲਿਆਣੇ ਹੀ ਪੈਂਦੇ ਹੈ, ਭਾਵੇਂ ਵੀਡੀਓ ਪਾਓ, ਭਾਵੇਂ ਕਿਸੇ ਨੂੰ ਮਿਹਨਤ ਕਰੋ, ਭਾਵੇਂ ਸੋਸ਼ਲ ਮੀਡੀਆ ਤੇ ਆਓ, ਸਰਕਲ ਚ ਕਹੋ ਜਿਵੇਂ ਮਰਜ਼ੀ, ਬਸ 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 ਕਰਨਾ ਹੀ ਪੈਂਦਾ। ਹਾਂਜੀ, ਤੁਹਾਡਾ ਕੌਣ ਪੇਸ਼ੈਂਟ? ਇਹਨਾਂ ਦਾ ਕੀ ਭਾਜੀ? ਭਾਜੀ ਇਹਨਾਂ ਦਾ ਹਾਰਟ ਅਟੈਕ ਹੋਇਆ ਸੀ ਨਾ। ਅੱਛਾ ਜੀ, ਕਿੱਥੋਂ ਟ੍ਰੀਟਮੈਂਟ ਕਰਾਇਆ? ਅੱਛਾ, ਤੁਹਾਡਾ ਕੋਈ ਪੈਸਾ ਨਹੀਂ ਲੱਗਿਆ? ਅਜੇ ਨਾਲ ਜਾਣਦੇ ਹੋ? ਹਾਂਜੀ, ਅਮਰੀਤ ਮਾਨ। ਇਹ ਕੌਣ ਨੇ? ਢਾਈ ਲੱਖ ਬਚਣਾ ਸੀ, ਇੱਕ ਗਾਈਡੈਂਸ ਨਾਲ 2.5 ਲੱਖ ਦਾ ਆਪਰੇਸ਼ਨ ਫ੍ਰੀ ਹੋ ਗਿਆ। ਹੁਣ ਇਹਦੇ 'ਚ ਕੋਈ ਮਾਇਆ ਨਹੀਂ ਨਾ ਆਈ, ਪਰ ਇੱਥੇ ਬਹਿ ਕੇ ਮਿਲਣਾ, ਪੇਸ਼ੈਂਟ ਨੂੰ ਗਾਈਡ ਕਰਨਾ, ਉਹ ਕਿਸੇ ਕੋਲ ਸੌਖਾ ਨਹੀਂ। ਹੁਣ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਦੂਰ ਹੋ ਜਾਂਦਾ ਲੋਕਾਂ ਤੋਂ ਕਿ ਮੈਂ ਨਹੀਂ ਮਿਲਣਾ, ਮੇਰੇ ਬੰਦੇ ਮਿਲਣਗੇ, ਪਰ ਇਹੀ ਰੀਜ਼ਨ ਹੈ ਇੱਥੇ ਆਉਣ ਦਾ ਤੁਹਾਡੇ। ਮੈਂ ਹਮੇਸ਼ਾ ਬਾਈ ਕੀ ਹੁੰਦਾ, ਮੈਂ ਦੇਖੋ ਹੁਣ ਰਿਕੁਐਸਟ ਹੀ ਕਰ ਸਕਦਾ, ਕਈ ਵਾਰ ਬੰਦੇ ਨੂੰ ਲੱਗਦਾ ਪਤਾ ਨਹੀਂ ਨਮੋਲ ਨੂੰ ਕੀ ਲਾਲਚ ਹੈ ਸਾਨੂੰ ਇੱਥੇ ਬੁਲਾਉਣ ਦਾ, ਇਹੀ ਲਾਲਚ ਹੈ ਕਿ ਤੁਸੀਂ ਖੁਦ ਦੇਖੋ ਮੈਨੂੰ ਦੇਖੋ ਬਾਈ, ਜੇ ਇਹਨਾਂ ਦੇ ਹੰਝੂ ਮੈਨੂੰ ਨਜ਼ਰ ਆ ਰਹੇ ਨੇ, ਉਹ ਬਾਬੇ ਨੂੰ ਤਾਂ ਨਜ਼ਰ ਆਈ ਦੇ। ਬਾਬਾ ਪਹਿਲਾਂ ਉਹ ਕਹਿੰਦਾ ਦੁਨੀਆ ਦੀ ਟੈਨਸ਼ਨ ਤੂੰ ਨਾ ਲੈ, ਮੇਰੀ ਦੁਨੀਆ ਮੈਂ ਆਪੇ ਦੇਖ ਲੂੰਗਾ, ਤਾਂ ਨੀਅਤ ਦੇ ਹਿਸਾਬ ਨਾਲ ਉਹ ਕਰੀ ਹੋਈ ਜਾਂਦਾ। ਮੈਂ ਤੈਨੂੰ ਤਾਂ ਹੀ ਕਹਿੰਦਾ ਵੀ ਦੁਨੀਆ ਜੋ ਮਰਜ਼ੀ ਨੂੰ ਕਹੀ ਜਾਵੇ, ਤੈਨੂੰ ਮਹਾਰਾਜ ਨੇ ਇਸ ਕਾਰਜ ਤੇ ਲਾਇਆ ਬਾਈ, ਬਹੁਤ ਕਿਰਪਾ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇਸ ਕਾਰਜ ਤੇ ਲਾਇਆ, ਦੁਨੀਆ ਤੁਰੀ ਫਿਰਦੀ ਕੋਈ ਹੋਰ ਨਹੀਂ ਕਰਦਾ, ਬਹੁਤ ਕਿਰਪਾ ਬਾਈ, ਤੈਨੂੰ ਨਾਮ ਵੀ ਇਸੇ ਕਾਰਜ ਨੇ ਬਖਸ਼ਿਆ, ਤੈਨੂੰ ਮਤਲਬ ਅੱਜ ਜੋ ਮਕਾਮ ਹੈ ਤੇਰਾ ਇਸ ਸੇਵਾ ਸਾਰਾ ਕੁਝ ਬਾਈ, ਪਰ ਲੋਕ ਤੈਨੂੰ ਇੰਨਾ ਪਿਆਰ ਕਰਦੇ ਆ, ਖਾਸ ਕਰਕੇ ਬਾਹਰਲੇ ਮੁਲਕਾਂ ਚ। ਬਿਲਕੁਲ ਬਾਈ,
ਤੂੰ ਕੋਈ ਕੁਛ ਕਹੀ ਜਾਵੇ ਬਸ ਤੂੰ ਆਪਦਾ ਕੰਮ ਕੰਟੀਨਿਊ ਨਹੀਂ ਨਹੀਂ ਬਾਈ ਦੇਖੋ ਬਾਈ ਕੰਮ ਹੀ ਉਹਦਾ ਬਾਈ ਅਸੀਂ ਜਿੰਨੇ ਜੋਗੇ ਜਿੰਨੇ ਵੀ ਜੋਗੇ ਨਹੀਂ 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 ਤੁਸੀਂ ਆਏ ਹੋ ਮੈਂ ਇਹ ਵੀ ਨਹੀਂ ਕਹਿਣ ਜੋਗੇ ਵੀ ਸੀ ਤੇਰੇ ਨਾਲ ਤੂੰ ਬਹੁਤ ਵੱਡਾ ਤੁਸੀਂ ਆਏ ਹੋ ਬਾਈ ਤੁਸੀਂ ਆਏ ਹੋ ਮੈਡਮ ਤੀਜੀ ਵਾਰੀ ਆ ਗਏ ਮੈਂ ਤਾਂ ਇੰਨੀ ਖੁਸ਼ੀ ਬਹੁਤ ਕਰਦੀ ਕਿ ਬੰਦਾ ਕਦੇ ਵੀ ਵੱਡਾ ਰੁਤਬੇ ਨਾਲ ਜਾਂ ਉਮਰ ਨਾਲ ਨਹੀਂ ਬਣਦਾ ਕਿਰਦਾਰ ਨਾਲ ਬਣਦਾ ਵੱਡਾ ਬੰਦਾ ਆਪਣੇ ਕੰਮ ਨਾਲ ਹੀ ਬਣਦਾ ਦੇਖੋ ਬਾਈ ਸਾਡੀ ਨਾਲ ਸੋਸਾਇਟੀ ਸਭ ਦੀ ਸਾਂਝੀ ਹੈ ਮੈਂ ਇੱਕ ਚੀਜ਼ ਸੋਚਦਾ ਹਾਂ ਕਿ ਇਹਨਾਂ ਦੀ ਕੁਰਸੀ ਮੈਂ ਬੈਠਾ ਹੁੰਦਾ ਮੈਂ ਉਹਦਾ ਕੀ ਫਾੜ ਲੈਂਦਾ ਅੱਜ ਸਾਨੂੰ ਫੋਨ ਕਾਲ ਆਉਂਦਾ ਕਿ ਯਾਰ ਆਹ ਪੇਸ਼ੈਂਟ ਨੂੰ ਕੈਂਸਰ ਨਿਕਲਿਆ ਆ ਉਹ ਇੱਕ ਫੋਨ ਕਾਲ ਦੀ ਮਾਰ ਹੈ ਬੰਦਾ ਖਤਮ ਹੈ ਪੈਸਾ ਸ਼ੌਹਰਤ ਸਭ ਖਤਮ ਹੋ ਜਾਂਦਾ ਜਦੋਂ ਇੱਕ ਤੁਹਾਡੀ ਮਦਰ ਨੂੰ ਤੁਹਾਡੇ ਫਾਦਰ ਨੂੰ ਤੁਹਾਡੇ ਬੱਚੇ ਨੂੰ ਕੁਛ ਹੋ ਗਿਆ ਤਾਂ ਮੈਂ ਸੋਚ ਕੇ ਬੈਠਾ ਕਿ ਸਾਰਾ ਕੁਛ ਹੀ ਉਹਦਾ ਆਪਣੀ ਡਿਊਟੀ ਨਿਭਾ ਰਿਹਾ ਸੋਸਾਇਟੀ ਦੀ ਜਿਹੜਾ ਪੇ ਬੈਕ ਕਰ ਰਿਹਾ ਸੋਸ਼ਲ ਮੀਡੀਆ ਦੀ ਪਾਵਰ ਹੈ ਉਹ ਯੂਜ਼ ਕਰ ਰਹੇ ਹਾਂ ਸਹੀ ਯੂਜ਼ ਕਰ ਰਹੇ ਸਹੀ ਯੂਜ਼ ਕਰ ਕਿਉਂ ਇਹ ਨਹੀਂ ਕੋਈ ਸਾਨੂੰ ਮਿਲਣ ਦੇ ਤੁਸੀਂ ਪੈਸੇ ਦਿਓ ਇਹ ਤਾਂ ਰੋਜ਼ ਐਂ ਹੀ ਪੈਂਦਾ ਬਈ ਮੈਂ 365 ਦਿਨ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਯਾਰ ਇਹਨੂੰ ਮਿਲਣਾ ਬੜਾ ਔਖਾ ਹੈ ਇਹ ਮਤਲਬ ਕਿੱਦਾਂ ਮਿਲੀਏ ਕਿਉਂਕਿ ਇਸ ਐਨ ਜੀ ਓ ਨੂੰ ਪ੍ਰਮੋਟ ਕਰਨ ਵਾਸਤੇ ਚਿਹਰਾ ਤਾਂ ਵੱਡਾ ਚਾਹੀਦਾ ਕਿਉਂਕਿ ਕੌਣ ਰੋਜ਼ ਇੰਨੇ ਦੁੱਖ ਸੁਣਾਵੇ ਇੰਨੀ ਲੋਕਾਂ ਨੇ ਇਹਨਾਂ ਦੇ ਕੋਲ ਰੋਜ਼ ਇੱਕੋ ਹੀ ਗੱਲ ਹੈ ਮਰੀਜ਼ ਸੋਸ਼ਲ ਮੀਡੀਆ 'ਤੇ ਚੱਲਦਾ ਕੰਟੈਂਟ ਹਾਸੇ ਵਾਲਾ ਸਹੀ ਗੱਲ ਹੈ ਸ਼ੇਅਰ ਤਾਂ ਮਤਲਬ ਫਨੀ ਚੀਜ਼ਾਂ ਹੀ ਹੁੰਦੀਆਂ ਹੁਣ ਇਹਨੂੰ ਮੈਂ ਰੋਜ਼ ਕਿਵੇਂ ਸ਼ੇਅਰ ਕਰਾਵਾਂ ਫਿਲਮਾਂ 'ਚ ਵੀ ਫਿਲਮਾਂ 'ਚ ਜਿੰਨੇ ਕੁ ਜੋਗੇ ਬਾਈ ਅਸੀਂ ਹਾਂ ਜੱਸਾ ਬਾਈ ਆ ਅਸੀਂ ਗੱਡੀ 'ਚ ਵੀ ਗੱਲ ਕਰਦੇ ਹੁੰਦੇ ਸੀ ਨੀਰੂ ਜੀ ਨਾਲ ਵੀ ਉਹ ਤਾਂ ਗੱਲ ਹੁੰਦੀ ਜਿੰਨਾ ਕੁ ਵੀ ਹੋ ਸਕਿਆ ਇਹ ਨਹੀਂ ਕਿ ਅੱਜ ਅਸੀਂ ਆ ਗਏ ਤੇ ਅੱਜ ਅਸੀਂ ਕੋਈ ਕਿਸੇ ਨੂੰ ਨਹੀਂ 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 ਸ਼ੁਕਰੀਆ ਆਪਾਂ ਤੁਹਾਡੇ ਨਾਲ ਥਰੂ ਆਊਟ ਰੈਗੂਲਰ ਟੱਚ 'ਚ ਰਵਾਂਗੇ ਬਾਈ ਸਾਰੇ ਦੇਖੋ 300 ਰੁਪਏ ਦਾ ਨੈੱਟ ਪੈਕ ਤਾਂ ਆਪਾਂ ਪਾਉਂਦੇ ਹਾਂ ਆਪਾਂ ਇਹ ਸੋਚ ਲਈਏ 400 ਦਾ ਪਵਾ ਰਹੇ ਹਾਂ 100 ਰੁਪਏ ਮਹੀਨਾ ਕੱਢਣਾ 100 ਰੁਪਏ ਤਾਂ ਸਾਰੇ ਹੀ ਕੱਢ ਸਕਦੇ ਨੇ ਮੇਰੇ ਵੱਲੋਂ ਸਾਲ ਦਾ ਕਿੰਨਾ ਹੋ ਗਿਆ ਮੇਰੇ ਵੱਲੋਂ ਹਰ ਮਹੀਨੇ ਇੱਕ ਪੱਕਾ ਬੋਲ ਕੇ ਮੈਂ ਕੋਈ ਦੱਸਣਾ ਨਹੀਂ 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 ਬਾਈ ਮੈਂ ਕੋਈ ਆਪਾਂ ਨੰਬਰ ਨਹੀਂ ਕਿਸੇ ਮੈਂ ਬਣਾ ਰਿਹਾ ਜਿੰਨੇ ਕੁ ਜੋਗਾਂ ਹਰ ਮਹੀਨੇ ਬਾਈ ਪੱਕਾ ਇੱਕ ਮੇਰੇ ਵੱਲੋਂ ਇੱਕ ਜਰੀਆ ਫਾਊਂਡੇਸ਼ਨ ਨੂੰ ਤੁਸੀਂ ਚੱਕਰ ਲਾਣਾ ਬਸ ਤੁਹਾਡੇ ਆਉਣ ਨਾਲ ਜੇ 4 ਬੰਦੇ ਹੋਰ ਆ ਗਏ ਲੋਹੀ ਆ ਜ਼ਰੂਰ ਜ਼ਰੂਰ ਆਉਣਾ ਜ਼ਰੂਰੀ ਆ ਤੇ ਆਵਾਂਗੇ ਅਸੀਂ ਆਵਾਂਗੇ ਜੋ ਕਰਾਂਗੇ ਉਹ ਤਾਂ ਕਰਾਂਗੇ ਪਰ ਆਵਾਂਗੇ ਜ਼ਰੂਰ ਮਹੀਨੇ 'ਚ 2 ਮਹੀਨਿਆਂ ਬਾਅਦ 3 ਤੁਸੀਂ ਦੇਖੋ ਮੈਮ ਜੇ ਡੋਨੇਸ਼ਨ ਲੈਂਦੇ ਹੁੰਦੇ ਤਾਂ ਇੰਨੇ ਲੋਕਾਂ ਨੂੰ ਟੈਕਲ ਕਿਵੇਂ ਕਰਨਾ ਸੀ ਜੇ ਡੋਨੇਸ਼ਨ ਲੈਂਦੇ ਹੁੰਦੇ ਨਾ ਮੈਮ ਸਪੋਜ਼ ਹੁਣ ਇਹਨਾਂ ਦਾ 2.5 ਲੱਖ ਲੱਗਣਾ ਇਹਨਾਂ ਨੇ ਕਹਿਣਾ ਤੇਰੇ ਅਕਾਊਂਟ 'ਚ ਪੈਸੇ ਪਏ ਨੇ ਮੈਡਮ ਨੇ ਭੇਜੇ ਨੇ ਜਾਂ ਹੋਰ ਡੋਨਰਾਂ ਨੇ ਭੇਜੇ ਨੇ ਉਹ ਦਿਓ ਹੁਣ ਇਹਨਾਂ ਨੂੰ ਵੀ ਪਤਾ ਕਿ ਇਹਦੇ ਕੋਲ ਖਾਤਾ ਹੀ ਹੈ ਨਹੀਂ ਹੁਣ ਪੇਸ਼ੈਂਟ ਇੱਥੇ ਬੈਠਾ ਕਹਿ ਰਿਹਾ ਮੈਨੂੰ 2 ਲੱਖ ਚਾਹੀਦਾ ਮੇਰੇ ਕੋਲ ਡੋਨਰ ਹੀ ਨਹੀਂ ਬੈਠਾ ਮੈਂ ਕਿਵੇਂ ਦਊਂਗਾ ਹਾਂਜੀ ਜੇ ਮੇਰੇ ਖਾਤਾ ਨੰਬਰ ਹੋਵੇ ਤਾਂ ਪੇਸ਼ੈਂਟ ਨੇ ਕਹਿਣਾ ਖਾਤਾ ਚੈੱਕ ਕਰਾ ਲੋਕਾਂ ਨੇ ਮੇਰੇ ਕੋਲ ਹਿਸਾਬ ਹੀ ਮੰਗੀ ਜਾਣਾ ਹਾਂ ਹਾਲਾਂਕਿ ਅਕਾਊਂਟ ਨੰਬਰ ਹੈ ਨਹੀਂ ਤਾਂ ਵੀ ਹਿਸਾਬ ਮੰਗਦੇ ਨੇ ਜੇ ਅਕਾਊਂਟ ਨੰਬਰ ਆ ਗਿਆ ਤਾਂ ਘਰ ਪਹੁੰਚ ਜਾਣਗੇ ਮੇਰੇ ਬੈਲੈਂਸ ਸ਼ੀਟ ਕੱਢੋ ਔਰ ਇਹਦੇ ਤੋਂ ਤਾਂ ਵਿਚਾਰੇ ਤੋਂ ਤਰਾਸਦੀ ਇਹ ਇਹਦੇ ਨਾਲ ਮੈਨੂੰ ਮੈਂ ਦੇਖੀ ਉਹ ਵੀਡੀਓ ਇਹਦੇ ਤੋਂ ਤਾਂ YouTube ਤੇ ਵੀ ਮੰਗਦੇ ਨੇ ਸਾਰਾ ਜਿਹੜਾ ਉਹ ਤਾਂ ਇਹਦੀ એનર્ਜੀ ਹੈ ਮੇਰੇ ਕੋਲ ਤਾਂ ਕੱਪੜਿਆਂ ਦੇ ਘੜੀਆਂ ਦੇ ਸਾਰੇ ਹਿਸਾਬ ਮੰਗਦੇ ਨੇ ਗੱਡੀਆਂ ਦੇ ਵੀ ਮਤਲਬ ਮੈਂ ਨੌਜਵਾਨ ਨਹੀਂ ਨਾ ਮੈਂ ਗੋਲਡੀ ਬਾਈ ਨਾਲ ਜਦੋਂ ਆਪਣਾ ਦੇਸੀ ਗਰੂਪ ਤੁਹਾਡੇ ਬਾਰੇ ਗੱਲ ਬਹੁਤ ਚੱਲਦੀ ਰਹਿੰਦੀ ਹੈ ਬਸ ਜੀ ਬਾਈ ਜੀ ਨਾਲ ਤੇ ਅੱਜ ਆਪਣੇ ਆਏ ਮੇਲੇ ਗੇਲੇ ਹੋ ਗਏ ਹੁਣ ਆਪਣੇ ਮੇਲੇ ਗੇਲੇ ਥੈਂਕ ਯੂ ਬਾਈ ਵਧਣਗੇ ਮੈਨੂੰ ਨਾ ਬਾਈ ਸਿਰਫ ਇੱਥੇ ਨਾ ਕਿਸੇ ਦੀ ਵੀ ਡੋਨੇਸ਼ਨ ਦਾ ਦੇਖੋ ਮੈਨੂੰ ਡੋਨੇਸ਼ਨ ਦੀ ਖੁਸ਼ੀ ਤਾਂ ਹੋਵੇ ਜੇ ਮੇਰੀ ਜੇਬ 'ਚ ਜਾਣੀ ਹੋਵੇ ਇਹਨਾਂ ਨੂੰ ਲੱਖ ਦੀ ਲੋੜ ਹੈ ਡੋਨਰ ਡੋਨੇਸ਼ਨ ਕਰ ਗਿਆ ਨਹੀਂ ਕਰ ਗਿਆ ਡੋਨਰ ਤੇ ਮਰੀਜ਼ ਦੇ ਵਿੱਚ ਹੈ ਮੈਨੂੰ ਸਿਰਫ ਇਹ ਹੁੰਦਾ ਕਿ ਜਦੋਂ ਕੋਈ ਬੰਦਾ ਇੱਥੇ ਆਉਂਦਾ ਨਾ ਉਹਦੇ ਬਹੁਤ ਡਾਊਟਸ ਕਲੀਅਰ ਹੁੰਦੇ ਨੇ ਬਿਲਕੁਲ ਉਹਨੂੰ ਦੁਨੀਆ ਦਾ ਦੁੱਖ ਦੇਖ ਕੇ ਪਤਾ ਲੱਗਦਾ ਕਿ ਦੁੱਖ ਕਿੰਨਾ ਵੱਡਾ ਕਿ ਇਹੋ ਜਿਹਾ ਫਾਊਂਡੇਸ਼ਨ ਮੈਂ ਕਦੇ ਨਹੀਂ ਕਿਤੇ ਦੇਖਿਆ ਮੈਂ ਵੀ ਨਹੀਂ ਦੇਖਿਆ ਦੁਨੀਆ ਦੀ ਪਹਿਲੀ ਹੈ ਜੀ ਸੋ ਟ੍ਰਾਂਸਪੇਰੈਂਟ ਰਾਈਟ ਥਿਸ ਇਜ਼ ਦਾ ਵਰਲਡ ਫਰਸਟ ਕੈਸ਼ਲੈਸ ਐਨਜੀਓ ਬਜੀ ਤੇ 10 ਸਾਲਾਂ ਤੋਂ ਫਰਸਟ ਹੀ ਹੈ ਨਹੀਂ ਮਤਲਬ ਕਿੰਨੀ ਤੁਸੀਂ ਟ੍ਰਾਂਸਪੇਰੈਂਸੀ ਦਿੰਨੇ ਆ ਆਪਣੇ ਡੋਨਰਸ ਨੂੰ ਵੀ ਭਾਜੀ ਆ ਡੋਨਰ ਬੈਠੇ ਪਿਛਲੇ 3 ਘੰਟਿਆਂ ਤੋਂ ਸੁਣ ਰਹੇ ਨੇ ਬੈਠੇ ਤੁਹਾਨੂੰ ਕੀ ਲੱਗਦਾ ਜਿਹੜਾ ਬੰਦਾ ਇੱਥੇ ਲੱਖ 2 ਲੱਖ ਲੈ ਕੇ ਦੇ ਉਹਨੂੰ ਆਣਾ ਤਾਂ ਹੈ ਨਹੀਂ ਉਹ ਸਾਰਾ ਦੇਖੇਗਾ ਕਿ ਕਿੱਦਾਂ ਕਰ ਰਹੇ ਨੇ ਕੀ ਗਰੁੱਪ ਹੈ ਕਿਵੇਂ ਕਹਾਣੀ ਹੈ ਔਰ ਇੱਕ ਦਿਨ ਦਾ ਵੀ ਨਾ ਗਿਆ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਸਾਲ ਹੋ ਗਏ ਇਹਨੂੰ 10 ਸਾਲ ਬਈ 2016 ਤੋਂ ਬਈ ਮਤਲਬ 16 8 ਸਾਲ ਹੋ ਹਾਂ ਇੱਕ ਤਾਂ ਸਰਕਲ ਲੈ ਕੇ ਦੀ ਉਮਰ ਹੈ ਸਾਰਾ ਕੁਝ ਕਰਨਾ ਕਰਦਾ ਦੁਨੀਆ ਨੂੰ ਫਿਰ ਵੀ ਮੋਲ ਪੋਜ਼ਿਟਿਵ ਹੀ ਦਿਖਾਉਂਦਾ ਆਪਦੇ ਪੋਡਕਾਸਟ ਬਿਲਕੁਲ ਬਿਲਕੁਲ ਕੋਸ਼ਿਸ਼ ਕਰੀ ਦੀ ਬਾਈ ਬਾਈ ਪੋਡਕਾਸਟ ਨਾਲ ਯਕੀਨ ਮੰਨੋ 90% ਹਾਈਪ ਮਿਲ ਜਾਂਦੀ ਹੈ ਬਿਲਕੁਲ ਕਿਉਂਕਿ ਇਹਦੇ ਵਿੱਚ ਤਾਂ ਮੇਰੇ ਕੋਲ ਰੋਜ਼ ਇੱਕੋ ਹੀ ਵੀਡੀਓ ਆ ਬਾਜੀ ਇਹ ਦੁਖੀ ਹੈ ਇਹਦੀ ਹੈਲਪ ਕਰਦਾ ਹੁਣ ਸੋਸ਼ਲ ਮੀਡੀਆ ਦਾ ਆਪਾਂ ਵੀ ਕਿੰਨਾ ਕੁ ਲੋਕ ਤਾਂ ਦੇਖ ਹੀ ਨਹੀਂ ਪਾਉਂਦੇ ਨਹੀਂ ਨਹੀਂ ਬਿਲਕੁਲ ਹੁਣ ਕੋਈ ਪੇਸ਼ੈਂਟ ਐਕਸਪਾਇਰ ਹੋ ਗਿਆ ਮੈਂ ਕਹਾਣੀ ਦੱਸ ਰਿਹਾ ਹਾਂ ਕਹਿੰਦਾ ਨਹੀਂ ਨਹੀਂ ਅਸੀਂ ਦੇਖ ਸਕਦੇ ਤੁਸੀਂ ਦੇਖੋਗੇ ਨਹੀਂ ਫਿਰ ਆਉਂਗੇ ਕਿਵੇਂ
ਤਾਂ ਪੋਡਕਾਸਟਿੰਗ ਨਾਲ ਕੀ ਹੋਇਆ, ਲੋਕਾਂ ਨੇ ਇੰਟਰਸਟ ਲੈਣਾ ਸ਼ੁਰੂ ਕੀਤਾ, ਉਹ ਬ੍ਰਾਂਡ ਐਂਬੈਸਡਰ ਬਣ ਗਏ ਨੀਰੂ ਜੀ ਤਾਂ ਸਾਡੇ, ਤੁਸੀਂ ਵੀ ਸਾਡੇ ਬ੍ਰਾਂਡ ਐਂਬੈਸਡਰ ਅੱਜ ਤੋਂ ਬਾਅਦ ਵੀਰੇ ਪੱਕਾ ਹੀ ਹੋ ਗਿਆ ਸਮਝ ਲਓ। ਕੋਈ ਵੀ ਤੁਹਾਡੇ ਵੀ ਕਿਸੇ ਫੈਨ ਨੂੰ ਬਾਈ ਕੋਈ ਮੈਡੀਕਲੀ ਲੋੜ ਹੈ, ਤੁਸੀਂ ਮੇਰੇ ਪਰਸਨਲ ਨੰਬਰ ਹੈਗੇ, ਹੁਕਮ ਲਾਓ, ਤੁਹਾਨੂੰ ਨੰਬਰ ਦੇ ਕੇ ਤੁਹਾਡਾ ਕਿਸੇ ਨੂੰ ਵੀ ਲੋੜ ਹੈ ਰੈਫਰ ਕਰ ਦਿਆ ਬਾਈ। ਦੇਖੋ ਮੈਂ ਲਾਈਵ ਅਸੀਂ ਗੱਲਬਾਤ ਕਰਦੇ ਹੁੰਦੇ ਕਿ ਯਾਰ ਤੁਸੀਂ ਮੇਰਾ ਸਾਥ ਦਿਓ, ਮੈਡੀਕਲ ਸਟਰਕਚਰ ਹੀ ਬਦਲਾਂਗੇ ਪੰਜਾਬ ਦਾ, ਇੰਨੀ ਡੋਨੇਸ਼ਨ ਅਸੀਂ ਤੇਰੇ ਨਾਲ, ਇੰਨੇ ਬਹੁਤ ਹੈ ਬਾਈ। ਇਹ ਨਹੀਂ ਗਾ ਵੀ ਅੱਜ ਆ ਗਏ ਤੇ ਅੱਜ ਆਪਾਂ ਗੱਲ ਕਰ ਲਈ ਤੇ ਮੁੜ ਕੇ ਬਸ ਫਤਿਹ ਆ ਕੰਮ, ਨਹੀਂ ਨਹੀਂ ਇਹ ਰਿਸ਼ਤਾ ਹੁਣ ਲੰਬਾ ਨਿਭੂਗਾ। ਇਹ ਅਸੀਂ ਸਾਰੇ ਬੱਚਿਆਂ ਨੂੰ ਬਾਈ ਜਿਹੜੇ ਇੱਥੇ ਬਰਥਡੇ ਮਨਾਉਣ ਆਉਂਦੇ ਨੇ ਉਹਨਾਂ ਨੂੰ ਐਪਰੀਸ਼ੀਏਸ਼ਨ ਲੈਟਰ ਦਿੰਦੇ ਆ, ਛੋਟੇ ਛੋਟੇ ਬੱਚੇ ਰੋਜ਼ 4-5 ਬੱਚੇ ਇੱਥੇ ਬਰਥਡੇ ਮਨਾਉਣ ਆਉਂਦੇ ਨੇ ਰੋਜ਼, ਕਿਉਂਕਿ ਕਿਸੇ ਨਾ ਕਿਸੇ ਦਾ ਬਰਥਡੇ ਤਾਂ ਰੋਜ਼ ਹੀ ਹੁੰਦਾ, ਤਾਂ ਜਨਮ ਦਿਨ ਹੀ ਜੇ ਇਕੱਲੇ ਲੋਕ ਮਨਾਉਣ ਲੱਗ ਜਾਂਦੇ ਇੱਥੇ ਬਾਈ ਸਾਲ 'ਚ ਇੱਕ ਦਿਨ, ਤਾਂ ਵਾਰੀ ਸ਼ਾਇਦ ਲੋਕਾਂ ਦੀ 10-10 ਸਾਲ ਬਾਅਦ ਆਵੇ ਕਿਉਂਕਿ ਇੰਨੀ ਆਬਾਦੀ ਹੈ। ਮੈਂ ਕਹਿੰਦਾ ਮੇਰਾ ਮੇਰੇ ਕੋਲ ਬੇਟਾ ਇਸ ਵਾਰ ਮੈਂ ਉਹਦਾ ਜਨਮ ਦਿਨ ਮਨਾ ਲਿਆ, ਪਰ ਮੇਰੇ ਮੈਂ ਪ੍ਰੋਮਿਸ ਕਰਦਾ ਕੈਮਰੇ ਅੱਗੇ ਕਿ ਅਗਲਾ ਜਨਮ ਦਿਨ ਮੇਰੇ ਬੇਟੇ ਦਾ ਥੈਂਕ ਯੂ ਆਪਾਂ ਇੱਥੇ ਮਨਾਵਾਂ, ਸਾਰੇ ਮਨਾਉਣ ਬਾਈ, ਕਿਉਂਕਿ ਕਈ ਵਾਰ ਇੱਥੇ ਬੱਚੇ ਆਉਂਦੇ ਨੇ ਜਿਨ੍ਹਾਂ ਨੇ ਕੇਕ ਵੀ ਨਹੀਂ ਕੱਟਿਆ ਹੁੰਦਾ, ਬਹੁਤ ਲੋਕ ਨੇ ਬਾਈ 5-5 ਦਵਾਈਆਂ ਪਿੱਛੇ ਵੀ ਮੈਂ ਲੋਕ ਮਰਦੇ ਦੇਖੇ ਨੇ 500 ਰੁਪਏ ਦੀ ਦਵਾਈ ਪਿੱਛੇ, ਹੁਣ 500 ਵੱਡੀ ਗੱਲ ਨਹੀਂ, ਵੱਡੀ ਗੱਲ ਇਹ ਕਿ 500 ਸਹੀ ਬੰਦੇ ਤੱਕ ਪਹੁੰਚਾਉਣ ਕਿਵੇਂ, ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਹੈ, ਟਾਈਮ ਨਹੀਂ, ਹਰ ਬੰਦਾ ਕਹਿੰਦਾ ਅਕਾਊਂਟ 'ਚ ਪਵਾ ਦਿਓ 40 ਰੁਪਏ ਦੀ ਦਵਾਈ ਵਿਚਾਰੇ ਤੋਂ ਨਹੀਂ ਜਿਹਦੇ ਤੋਂ 11 ਤੋਂ ਲਈ ਜਾਂਦੀ ਹੋ ਅਰਦਾਸ ਕਰਿਓ ਮਾਰੇ ਕਿਰਪਾ ਕਰਨ, ਨਵਦੀਪ ਕੌਣ ਹੈ ਜੀ, ਇਹਨਾਂ ਲਈ ਦੁਆ ਕਰਿਓ ਮਾਤਾ ਜੀ, ਆ ਜਾਓ ਅਗਲਾ ਪੇਸ਼ੈਂਟ ਭੇਜੋ, ਸਜਦਾ ਇਹਨਾਂ ਨੂੰ ਦਿਓ ਜੀ, ਲਓ ਜੀ ਇਨਕੇ ਲਈ ਦੁਆ ਕਰਨਾ, ਇਹ ਆਪ ਲੋਕੋਂ ਕੀ ਮਦਦ ਕੇ ਲਈ ਆ ਜਾਏ, ਬੈਠੀਏ। ਸ਼ੀਤਲ ਪੇਸ਼ੈਂਟ ਕੌਣ ਹੈ ਜੀ, ਇਹਨਾਂ ਲਈ ਦੁਆ ਕਰਿਓ ਮਹਾਰਾਜ ਇਹਨਾਂ ਨੂੰ ਹੋਰ ਦੇਣ ਕੇ ਹੋਰ ਸੇਵਾ ਕਰਨ ਆਉਣ। ਬਲਜੀਤ ਕੌਰ ਬਾਪੂ ਜੀ ਮਦਦ ਕਰਨ ਆਏ ਨੇ ਤੁਹਾਡੇ ਵਾਸਤੇ ਤੇ ਜ਼ਰੂਰ ਇਹਨਾਂ ਵਾਸਤੇ ਅਰਦਾਸ ਕਰਿਓ। ਚੜ੍ਹਦੀ ਕਲਾ 'ਚ ਰੱਖੇ। ਤਜਿੰਦਰ ਪੇਸ਼ੈਂਟ ਕੌਣ ਹੈ ਜੀ, ਆ ਜਾਓ ਬਾਪੂ। ਤਜਿੰਦਰ ਸਿੰਘ ਜੀ, ਲਓ ਜੀ। ਰਵੀ ਪੇਸ਼ੈਂਟ ਕੌਣ ਹੈ ਜੀ, ਇਹਨਾਂ ਦੇ ਡਾਇਲਸਿਸ ਚੱਲਦੇ ਨੇ ਬਾਈ, ਇੱਥੋਂ ਕਿਡਨੀਆਂ ਡੈਮੇਜ ਨੇ, ਬੈਠੋ। ਅਮਨਦੀਪ ਕੌਰ ਪੇਸ਼ੈਂਟ ਕੌਣ ਹੈ ਜੀ, ਇਹਨਾਂ ਦਾ ਵੀ ਪੇਸ਼ੈਂਟ ਐਡਮਿਟ ਹੈ ਬਾਈ, ਇਹ ਵੀ ਡੈਥ ਬੈੱਡ ਤੇ ਸੀ, ਬਿਲਕੁਲ ਬਾਈ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਸੀ, ਵਾਈਫ ਇੰਨੀ ਸੀਰੀਅਸ ਤੇ ਐਡਮਿਟ ਕਰਾਇਆ, ਹੁਣ ਬਿਲਕੁਲ ਠੀਕ ਨੇ, ਕਿਡਨੀਆਂ ਖਰਾਬ ਨੇ। ਕੀ ਹੋਇਆ ਕੀ ਸੀ ਪੇਸ਼ੈਂਟ ਨੂੰ ਤੁਹਾਡੇ? ਕਿਡਨੀਆਂ ਖਰਾਬ ਤੇ ਇੰਨਾ ਸੀਰੀਅਸ ਸੀ ਜਦੋਂ ਪੇਸ਼ੈਂਟ ਤੁਸੀਂ ਐਡਮਿਟ ਕਿਉਂ ਨਹੀਂ ਕਰਾ ਰਹੇ ਸੀ? ਕੋਈ ਕਰਾਏ ਸੀ ਜਿੰਨੇ ਮੈਂ ਕੋਈ ਹੈਗੇ, ਮੈਂ ਆਪਣੇ ਕੋਲੋਂ ਲਾ ਚੁੱਕਾ, ਨਹੀਂ ਸੀ ਪੈਸੇ, ਮਤਲਬ ਜਮਾ ਹੀ ਭਾਜੀ, ਮਤਲਬ ਫਿਲਮੀ ਸਟੋਰੀ, ਸਾਡੀ ਅੱਖਾਂ ਦੇ ਮੋਹਰੇ ਪੇਸ਼ੈਂਟ ਮਰਦੇ ਨੇ ਭਾਜੀ, ਇਲਾਜ ਕਰਾਉਣ ਜੋਗੇ ਪੈਸੇ ਨੇ, ਬੈਠੋ ਇਹਨਾਂ ਵਾਸਤੇ ਅਰਦਾਸ ਕਰਿਓ। ਧੰਨਵਾਦ। ਕੁਲਵੰਤ ਪੇਸ਼ੈਂਟ ਕੌਣ ਹੈ ਜੀ? ਭਾਜੀ ਆਹ ਪੇਸ਼ੈਂਟ ਦੀ ਵੀਰੇ ਸੁਣਨੀ ਚਾਹੀਦੀ ਸਟੋਰੀ, ਵਾਈਫਾਈ ਨਾ ਤੁਹਾਡੇ? ਹਾਂਜੀ, ਬੁਲਾਇਓ ਬਾਈ। ਇਹਨਾਂ ਦਾ ਇੱਕ ਇਹਨਾਂ ਦੀ ਦੀਦੀ ਛੋਟੀ, ਇੱਕ ਇਹਨਾਂ ਦੀ ਬੇਟੀ ਹੈ ਬੜੀ ਪਿਆਰੀ, ਇੱਕ ਇਹਨਾਂ ਦੀ ਵਾਈਫ ਹੈ, ਬੁਲਾ ਭੇਜਿਓ, ਬੁਲਾਇਓ। ਤੁਸੀਂ ਦੇਖੋ ਭਾਜੀ ਕਿੰਨੀ ਗੰਦੀ ਦੁਨੀਆ ਆ, ਇਹਨਾਂ ਦੀ ਇੰਟਰਵਿਊ ਕਰਤੀ ਕਿਸੇ ਚੈਨਲ ਨੇ, ਆਲਦੋ ਇਹਨਾਂ ਦੀ ਹੈਲਪ ਜਿਹੜੇ ਪੇਸ਼ੈਂਟ ਦੀ ਹੈਲਪ ਐਸਐਨਜੇ ਵੱਲੋਂ ਚੱਲ ਰਹੀ ਨਾ, ਉਹਦੀ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ, ਮਤਲਬ ਅਸੀਂ ਹੋਣ ਦਿੰਦੇ ਕਿ ਹੈਲਪ ਹੋ ਰਹੀ ਹੈ, ਲੋੜ ਨਹੀਂ। ਇਹਨਾਂ ਵਿਚਾਰਿਆਂ ਦੀ ਕੋਈ ਇੰਟਰਵਿਊ ਹੋ ਗਈ ਤੇ ਲੋਕ ਇਹਨਾਂ ਦੀ ਵਾਈਫ ਨੂੰ ਫੋਨ ਕਰਨ ਲੱਗ ਗਏ ਕਿ ਤੂੰ ਇਹਨੂੰ ਛੱਡ ਦੇ, ਮੇਰੇ ਨਾਲ ਵਿਆਹ ਕਰਾ ਲੈ, ਛੱਡ ਦੇ, ਮਰੀਜ਼ ਹੈ। ਮਤਲਬ ਇਹਨਾਂ ਦੇ ਘਰ ਦੇ ਹਾਲਾਤ ਇੰਨੇ ਖਰਾਬ ਹੈ ਬਾਈ, ਕਿ ਛੋਟੀ ਬੱਚੀ ਹੈ ਨਾ, ਰੋਟੀ ਜੋਗੇ ਪੈਸੇ, ਨਾ ਇਲਾਜ ਕਰਾਉਣ ਜੋਗੇ ਪੈਸੇ, ਸਕਿਨ ਐਲਰਜੀ ਹੋ ਗਈ ਇਹਨੂੰ, ਦਵਾਈ ਜੋਗੇ ਵੀ ਪੈਸੇ ਹੈ। ਬੱਚੀ ਦਾ ਕੀ ਨਾਂ ਹੈ? ਜਸਦੀਪ ਕੌਰ। ਇਹਨਾਂ ਦੀ ਕਿੰਨੀਆਂ ਡੈਮੇਜ ਹੈ ਬਾਈ, ਲਾਈਫ ਟਾਈਮ ਡਾਇਲਸਿਸ ਚੱਲਣੇ ਨੇ, ਘਰ ਦਾ ਕੋਈ ਸਾਧਨ ਨਹੀਂ ਕਮਾਈ ਦਾ, ਤਾਂ ਜੋ ਵੀ ਰਾਸ਼ਨ ਦੀ ਸੇਵਾ ਮਹੀਨੇ ਦਾ 35-40 ਹਜ਼ਾਰ ਰੁਪਏ ਖਰਚਾ ਇਹਨਾਂ ਦਾ ਸਾਰਾ ਇੱਥੋਂ ਹੀ। ਇਹਨੂੰ ਜਾਣਦੇ ਹੋ? ਸਾਰਿਆਂ ਨੂੰ ਜਾਣਦੇ ਹੋ? ਚਲੋ ਅਰਦਾਸ ਕਰਿਓ ਇਹਨਾਂ ਵਾਸਤੇ ਮਾਰੇ ਕਿਰਪਾ ਕਰਨ, ਬੈਠੋ। ਸਵਿਤਾ ਪੇਸ਼ੈਂਟ ਕੌਣ ਹੈ ਜੀ? ਇਹਨਾਂ ਦਾ ਭਾਜੀ ਜਿਹੜੀਆਂ ਉਹ ਹੋ ਗਿਆ ਸੀ, ਇਨਕੇ ਲਈ ਦੁਆ ਕਰਨਾ। ਸਿਮਰਨ ਪੇਸ਼ੈਂਟ ਕੌਣ ਹੈ ਜੀ? ਅੱਛਾ ਅੱਛਾ, ਸੋਰੀ, ਓਕੇ ਓਕੇ। ਸਜਦਾ ਪੇਸ਼ੈਂਟ ਕੌਣ ਹੈ ਜੀ? ਦੇ ਦਿਓ ਭੈਣੇ ਉਹਨਾਂ ਨੂੰ। ਸ਼ੀਤਲ ਪੇਸ਼ੈਂਟ ਕੌਣ ਹੈ ਜੀ? ਸਵਿਤਾ ਪੇਸ਼ੈਂਟ ਕੌਣ ਹੈ ਜੀ? ਇਹਨਾਂ ਦੇ। ਬਲਜੀਤ ਕੌਰ ਕੌਣ ਹੈ ਜੀ? ਬਹੁਤ ਬਹੁਤ ਧੰਨਵਾਦ, ਤੁਸੀਂ ਜਿਵੇਂ ਸਾਰੇ ਜਾਣਦੇ ਹੀ ਹੋ, ਮੈਨੂੰ ਇੰਟਰੋਡਕਸ਼ਨ ਦੀ ਲੋੜ ਤਾਂ ਹੈ ਨਹੀਂ। ਜਸ ਬਾਈ, ਅੰਮ੍ਰਿਤ ਬਾਈ ਔਰ ਨੀਰੂ ਮੈਮ ਤਾਂ ਚਲੋ ਮੈਂ ਪਹਿਲਾਂ ਹੀ ਦੱਸਿਆ ਕਿ ਬ੍ਰਾਂਡ ਐਂਬੈਸਡਰ ਬਣ ਚੁੱਕੇ ਨੇ ਇੱਕ ਜ਼ਰੀਆ ਦੇ, ਪਹਿਲੇ ਆਰਟਿਸਟ ਨੇ ਕੋਈ ਜਿਹੜੇ ਤੀਜੀ ਵਾਰੀ ਆ ਚੁੱਕੇ ਨੇ।
ਤੇ ਬਹੁਤ ਦਿਲੋਂ ਖੁਸ਼ੀ ਹੈ ਕਿ ਮੈਮ ਆਪ ਵੀ ਆਏ ਨੇ ਨਾਲ, ਅੱਜ ਦੋ ਹੋਰ ਸਾਡੇ ਭਰਾਵਾਂ ਨੂੰ ਲੈ ਕੇ ਆਏ ਨੇ। ਮੇਰੀ ਇੱਕੋ ਹੀ ਹਮੇਸ਼ਾ ਅਪੀਲ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਕਿ ਪਲੀਜ਼ ਇੱਥੇ ਇੱਕ ਵਾਰੀ ਆਓ, ਕੋਈ ਡੋਨੇਸ਼ਨ ਨਹੀਂ, ਕੋਈ ਕੁਛ ਨਹੀਂ, ਤੁਸੀਂ ਇੱਕ ਵਾਰੀ ਇੱਥੇ ਆਓ, ਆ ਕੇ ਦੇਖੋ ਕਿ ਕਿਵੇਂ ਐਨ ਜੀ ਓ ਕੰਮ ਕਰ ਰਹੀ ਹੈ। ਔਰ ਪਿਛਲੇ 2 ਘੰਟਿਆਂ ਤੋਂ ਬਾਈ ਹੋਣੀ ਅਤੇ ਮੈਮ ਹੋਣੀ ਇੱਥੇ ਬੈਠੇ ਨੇ, ਪੇਸ਼ੈਂਟਸ ਨਾਲ ਪਰਸਨਲੀ ਡੀਲ ਕਰ ਰਹੇ ਨੇ ਔਰ ਘੁੱਟ ਘੁੱਟ ਜੱਫੀਆਂ ਪਾ ਰਹੇ ਨੇ ਪੇਸ਼ੈਂਟਸ ਨੂੰ, ਜਿਨ੍ਹਾਂ ਤੋਂ ਲੋਕ ਦੂਰ ਭੱਜਦੇ ਨੇ। ਬੜੀ ਵਧੀਆ ਲੱਗਿਆ ਕਿ ਅੱਜ ਬਾਈ ਪੂਰੀ ਟੀਮ ਦੇ ਨਾਲ ਪਹੁੰਚੇ ਨੇ, ਅਤੇ ਮੈਂ ਕਹੂੰਗਾ ਕਿ ਇੱਕ ਇੱਕ ਕਰਕੇ ਆਪਣਾ ਫੀਡਬੈਕ ਅਤੇ ਆਡੀਅੰਸ ਨੂੰ ਜ਼ਰੂਰ ਇੱਕ ਤੁਸੀਂ ਦਿਓ। ਦੇਖੋ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਜਦੋਂ ਆਪਾਂ ਘਰੇ ਬੈਠ ਕੇ ਆਪਾਂ ਕਈ ਵਾਰੀ ਗੁਰੂ ਮਹਾਰਾਜ ਨਾਲ ਗਿਲੇ ਕਰਦੇ ਹਾਂ ਨਾ ਕਿ ਬਾਬਾ ਜੀ ਸਾਡਾ ਆਹ ਨਹੀਂ ਸਿਰੇ ਚੜ੍ਹਿਆ, ਸਾਡਾ ਆਹ ਨਹੀਂ ਸਿਰੇ ਚੜ੍ਹਿਆ, ਮੈਂ ਆਹ ਗੱਡੀ ਲੈਣੀ ਸੀ, ਮੈਂ ਆਹ ਲੈਣਾ ਸੀ, ਇੱਥੇ ਆ ਕੇ ਵਿਚਾਲੇ ਇੱਕ ਵਾਰੀ ਇਹਨਾਂ ਦੇ ਦੁੱਖ ਸੁਣੋ, ਦੇਖੋ ਦੁਨੀਆ ਕਿੱਥੇ ਵੱਸਦੀ ਹੈ। ਮੈਨੂੰ ਅੱਜ ਇੱਥੇ ਆ ਕੇ ਐਂ ਲੱਗਿਆ ਵੀ ਹੁਣ ਇੱਕ ਵਾਰੀ ਨਹੀਂ, ਇੱਥੇ ਹੁਣ ਲਗਾਤਾਰ ਆਇਆ ਜਾਊਗਾ, ਅਤੇ ਜਿੰਨਾ ਚਿਰ ਸਾਹ ਚੱਲਦੇ ਆ ਚੰਗੇ ਕੰਮਾਂ 'ਚ ਤੁਸੀਂ ਵੀ ਸਾਰੇ ਜਣੇ ਹਿੱਸਾ ਪਾਇਆ ਕਰੋ, ਰੈਦਰ ਦੇਣ ਆਪਾਂ ਨੁਕਸ ਛੇਤੀ ਕੱਢਣ ਲੱਗ ਜਾਂਦੇ ਹਾਂ, ਡਾਊਟ ਕਰਨ ਲੱਗ ਜਾਂਦੇ ਹਾਂ। ਜਿਹੜਾ ਰੱਬ ਦਾ ਕਾਰਜ, ਗੁਰੂ ਮਹਾਰਾਜ ਦਾ ਕਾਰਜ, ਇਹਨਾਂ ਦੇ ਵਿਚਾਰੇ ਐਡੇ ਐਡੇ ਰੋਗ ਕਈਆਂ ਨੂੰ ਜਿਹੜੇ ਲੱਗੇ, ਆਸ ਜਿਹੜੇ ਛੱਡੀ ਬੈਠੇ ਸੀਗੇ, ਮਤਲਬ ਤੁਸੀਂ ਇਹਨਾਂ ਨੇ ਇੱਕ ਵਾਰੀ ਆ ਕੇ ਸਟੋਰੀਆਂ ਤਾਂ ਸੁਣੋ ਇਹਨਾਂ ਦਾ ਕੀ ਹਾਲ ਹੈ। ਅਤੇ ਅਨਮੋਲ ਬਾਈ ਵਧਾਈ ਦਾ ਪਾਤਰ ਹੈ, ਵੈਸੇ ਵਧਾਈ ਦਾ ਅੱਖਰ ਹੀ ਬਹੁਤ ਛੋਟਾ ਹੈ ਵੀਰੇ, ਬਹੁਤ ਚੰਗਾ ਕੰਮ ਕਰ ਰਹੇ ਹੋ, ਪੱਕਾ ਅਸੀਂ ਤੁਹਾਡੇ ਨਾਲ ਜੁੜ ਗਏ, ਜੇ ਨਹੀਂ ਵੀ ਅੱਜ ਆਏ ਹਾਂ ਤੇ ਇਦੋਂ ਬਾਅਦ ਕੋਈ ਆਪਣਾ ਕਮਿਊਨੀਕੇਸ਼ਨ ਨਹੀਂ, ਆਉਣਾ ਹੀ ਬਹੁਤ ਹੈ ਲਗਾਤਾਰ ਸਾਡਾ ਕਮਿਊਨੀਕੇਸ਼ਨ ਤੁਹਾਡੇ ਨਾਲ। ਮੈਨੂੰ ਲੱਗਦਾ ਪੰਜਾਬ 'ਚ ਬਹੁਤ ਤੀਰਥ ਨੇ, ਪੰਜਾਬ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਅਸੀਂ ਉੱਥੇ ਜਾਂਦੇ ਹਾਂ, ਸਾਡੇ ਮਨ ਨੂੰ ਟਿਕਾ ਆਉਂਦਾ, ਕਿਉਂਕਿ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਜਿੰਨੀ ਭੱਜ ਨੱਠ, ਜਿੰਨੀ ਦੌੜ, ਚਾਹੇ ਉਹ ਚੌਧਰ ਦੀ ਦੌੜ ਹੈ, ਚਾਹੇ ਉਹ ਪੈਸੇ ਦੀ ਦੌੜ ਹੈ, ਚਾਹੇ ਉਹ ਰੁਤਬਿਆਂ ਦੀ ਦੌੜ ਹੈ, ਇਹ ਕਦੇ ਜ਼ਿੰਦਗੀ 'ਚ ਨਹੀਂ ਮੁੱਕਦੀ। ਜਦੋਂ ਅਸੀਂ ਇਹੋ ਜਿਹੇ ਸਥਾਨ 'ਤੇ ਆਉਂਦੇ ਹਾਂ, ਭਗਤ ਪੂਰਨ ਸਿੰਘ ਜੀ ਦਾ ਜੀਵਨ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਪਿੰਗਲਵਾੜਾ ਕਿੱਡੀ ਵੱਡੀ ਸੰਸਥਾ ਅਤੇ ਨਿਸ਼ਕਾਮ ਸੇਵਾ ਜਿੱਥੇ ਕੀਤੀ ਜਾਂਦੀ ਹੈ, ਅੱਜ ਦੀ ਡੇਟ 'ਚ ਜੇ ਇਸ ਧਰਤੀ 'ਤੇ ਮੈਂ ਕਹਿ ਦੇਵਾਂ ਕਿ ਭਗਤਾਂ ਦੀਆਂ ਰੂਹਾਂ ਨੇ ਜਿਹੜੀਆਂ ਉਹ ਵਾਪਸ ਆਉਂਦੀਆਂ ਨੇ, ਉਹਨਾਂ 'ਚ ਸਾਡਾ ਛੋਟਾ ਭਰਾ ਅਨਮੋਲ ਭਾਈ ਘਨੱਈਆ ਜੀ ਦੀ ਸਾਡੇ ਇਤਿਹਾਸ 'ਚ ਐਡੀ ਵੱਡੀ ਐਗਜ਼ਾਮਪਲ ਹੈ ਕਿ ਨਿਰਸਵਾਰਥ ਸੇਵਾ ਜਿਹੜੀ ਦੁਸ਼ਮਣਾਂ ਨੂੰ ਵੀ ਕੀਤੀ। ਦੁਸ਼ਮਣਾਂ ਨੂੰ ਪਹਿਲਾਂ ਪਾਣੀ ਪਿਲਾਉਂਦੇ ਸੀ, ਜਦੋਂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਨੇ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੱਲਮ ਪੱਟੀ ਵੀ ਨਾਲ ਕਰਿਆ ਕਰੋ। ਇਹ ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਜਿਹੜੀ ਜਮ੍ਹਾਂ ਇੱਕ 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 ਉੱਡਣ ਵਾਲੀ ਉਮਰ ਹੁੰਦੀ ਹੈ ਕਿ ਜਿਹਨੂੰ ਇੱਦਾਂ ਨਹੀਂ ਹੋ ਸਕਦਾ ਇਹ ਕਿ ਇਹਦੀ ਇਹ ਬੁੱਧੀ ਹੈ। ਅਨਮੋਲ ਦੇ ਮਾਂ ਪਿਓ ਦਾ ਸੰਸਕਾਰ ਹੈ, ਉਹਨਾਂ ਦਾ ਕੋਈ ਚੰਗਾ ਕਰਮ ਹੈ ਕਿ ਉਹਨਾਂ ਦੇ ਘਰੇ ਅਨਮੋਲ ਵਰਗਾ ਬੇਟਾ ਪੈਦਾ ਹੋਇਆ, ਔਰ ਇਹਦੇ 'ਤੇ ਗੁਰੂ ਮਹਾਰਾਜ ਦੀ ਬੇਅੰਤ ਬੇਅਪਾਰ ਕਿਰਪਾ ਹੈ ਕਿ ਇਸ ਉਮਰ ਦੇ ਵਿੱਚ ਇਹ ਇਹੋ ਜਿਹੀਆਂ ਗੱਲਾਂ ਕਰਦਾ, ਇਹ ਕਰ ਨਹੀਂ ਸਕਦਾ, ਮਹਾਰਾਜ ਦੇ ਮੂੰਹੋਂ ਕਢਵਾਉਂਦੇ ਨੇ। ਸੋ ਜ਼ਿਆਦੇ ਮੇਰੇ ਕੋਲ ਸ਼ਬਦ ਨਹੀਂ ਬੋਲਣ ਦੀ ਕਿ ਮੈਂ ਕੀ ਬੋਲਾਂ, ਇੱਥੇ ਆ ਕੇ ਮੈਨੂੰ ਕਿਵੇਂ ਲੱਗਿਆ। ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਔਰ ਇਹ ਇਨਸਾਨੀਅਤ ਦਾ ਕਾਰਜ ਹੈ, ਬਿਨਾਂ ਜਾਤ ਪਾਤ ਭੇਦ ਭਾਵ ਤੋਂ ਇਹ ਸੇਵਾ ਇੱਥੇ ਅਨਮੋਲ ਕਰਦਾ। ਔਰ ਅਸੀਂ ਜਿੱਦਾਂ ਅਮਰਤ ਨੇ ਦੱਸਿਆ, ਨੀਰੂ ਜੀ ਨੇ ਦੱਸਿਆ, ਧੰਨਵਾਦ ਕਰਦੇ ਹਾਂ। ਸਾਡੇ ਲਈ ਵੈਸੇ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਪੰਜਾਬ 'ਚ ਰਹਿੰਦੇ ਹੋਏ ਗੱਲਬਾਤ ਅਨਮੋਲ ਨਾਲ ਹੁੰਦੀ ਰਹਿੰਦੀ ਹੈ, ਪਰ ਬਹੁਤ ਲੇਟ ਹੋ ਗਏ ਇੱਥੇ ਆਉਣ ਲਈ। ਪਰ ਮੈਨੂੰ ਲੱਗਦਾ ਕਿ ਜਿੰਨੇ ਅਸੀਂ ਲੇਟ ਹੋਏ ਹਾਂ, ਉਨਾ ਅਸੀਂ ਹੁਣ ਲੰਬੇ ਜੁੜ ਕੇ ਰਹਾਂਗੇ ਅਨਮੋਲ ਨਾਲ। ਜਿਹੜਾ ਇਹ ਅੱਗੇ ਕਾਰਜ ਕਰ ਰਿਹਾ, ਅੱਗੇ ਹੋਸਪਿਟਲ ਦਾ ਇੱਕ ਕਾਰਜ ਅਨਮੋਲ ਨੇ ਸ਼ੁਰੂ ਕੀਤਾ, ਉਹਦੇ 'ਚ ਅਸੀਂ ਇਹਦੇ ਤਨ ਮਨ ਧਨ ਤਿੰਨੀ ਚੀਜ਼ਾਂ ਤੋਂ ਅਸੀਂ ਨਾਲ ਹੈ। ਔਰ ਪੈਸਿਆਂ ਨਾਲੋਂ ਪੈਸੇ ਨਾਲ ਅਸੀਂ ਕੋਈ ਇਹਦੀ ਮਦਦ ਨਹੀਂ ਕਰ ਸਕਦੇ, ਸਾਡਾ ਇਹ ਭਰਾ, ਅਸੀਂ ਇਹਦੇ 'ਤੇ ਮਾਣ ਕਰਦੇ ਹਾਂ, ਅਸੀਂ ਇਹਨੂੰ ਹੌਸਲਾ ਦਿੰਦੇ ਹਾਂ ਕਿ ਤੂੰ ਅੱਗੇ ਚੱਲ, ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੱਛੇ ਚੱਲਾਂਗੇ। ਥੈਂਕ ਯੂ, ਬਹੁਤ ਮਿਹਰਬਾਨੀ, ਧੰਨਵਾਦ। ਮੈਂ ਤੁਹਾਡੇ ਆਉਣ ਦੀ ਬਹੁਤ ਖੁਸ਼ੀ ਹੈ। ਮੈਂ ਹਮੇਸ਼ਾ ਹੀ ਘੱਟ ਬੋਲਦੀ ਹਾਂ, ਬਟ ਮੈਂ ਪਹਿਲੀ ਵਾਰ ਜਦੋਂ ਇੱਥੇ ਆਈ ਮੈਂ ਸ਼ੌਕ 'ਚ ਸੀਗੀ, ਕਿਉਂਕਿ ਮੈਂ ਸਭ ਨੇ ਐਕਸਪੈਕਟ ਕਰ ਰਹੀ ਸੀ
ਤੇ ਤੁਸੀਂ ਮੇਰੇ ਲਈ ਇੱਕ ਇਨਸਪੀਰੇਸ਼ਨ ਹੋ। ਥੈਂਕ ਯੂ। ਤੇ ਮੇਰਾ ਦਿਲ ਸੱਚੀ ਬਾਰ ਬਾਰ ਕਰਦਾ ਕਿ ਮੈਂ ਇੱਥੇ ਆਵਾਂ। ਮੈਂ ਜਦੋਂ ਬਾਹਰ ਕੈਨੇਡਾ ਵੀ ਬੈਠੀ ਹੋਈ, ਮੈਂ ਤੁਹਾਨੂੰ ਪੇਸ਼ੈਂਟਸ ਦੇ ਬਾਰੇ ਪੁੱਛਿਆ ਸੀ, ਬਿਕਾਜ਼ ਮਤਲਬ ਰੀਲੀ ਇੱਕ ਕਨੈਕਸ਼ਨ ਹੋਈ ਸੀ, ਐਂਡ ਮੈਂ ਕਦੇ ਉਹਨਾਂ ਦੇ ਉਹ ਚਿਹਰਾ ਨਹੀਂ ਭੁੱਲ ਸਕਦੀ ਜੋ ਮੈਂ ਉਹ ਕੁੜੀ ਨੂੰ ਮਿਲੀ ਸੀ ਉਸ ਦਿਨ। ਯੈਸ, ਐਬਸੋਲੂਟਲੀ, ਐਂਡ ਲੱਕੀਲੀ ਉਹ ਬਿਲਕੁਲ ਠੀਕ ਹੈ ਨਾ। ਰਾਈਟ, ਸੋ ਤੁਹਾਨੂੰ ਦੇਖ ਕੇ ਕਿੰਨੇ ਪੇਸ਼ੈਂਟਾਂ ਨੂੰ ਚਾਹ ਚੜਿਆ ਹੋਇਆ ਬਾਈ, ਇਹ ਅਸਲੀ 'ਚ ਵੀ ਮਤਲਬ ਖੁਸ਼ੀ ਦੀ ਗੱਲ ਹੈ। ਆਈ ਨੋ, ਬਸ ਬਸ ਇਹ ਗੁਜ਼ਾਰਿਸ਼ ਆ ਕਿ ਮਤਲਬ ਜਿਵੇਂ ਵੀ ਕਰਕੇ ਇੱਕ ਵਾਰੀ ਇੱਥੇ ਆ ਕੇ ਤੁਸੀਂ ਇਹ ਐਕਸਪੀਰੀਅੰਸ ਕਰੋ ਅਤੇ ਡੋਨੇਸ਼ਨ ਕਰੋ ਐਂਡ ਅਵੇਅਰਨੈਸ ਸਪਰੈਡ ਕਰੋ ਪਲੀਜ਼। ਐਂਡ ਤੁਹਾਨੂੰ ਬਹੁਤ ਬਹੁਤ ਥੈਂਕ ਯੂ, ਯੂਅਰ ਐਨ ਇੰਸਪੀਰੇਸ਼ਨ। ਥੈਂਕ ਯੂ, ਤੁਹਾਡਾ ਆਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ। ਥੈਂਕ ਯੂ ਐਨ ਮੋਰ, ਕਿਉਂਕਿ ਕੁਝ ਨਹੀਂ ਪਤਾ ਉਮਰ ਦਾ ਕਿੰਨੀ ਕਿਹਦੀ ਹੈ, ਪਰ ਐਟ ਲੀਸਟ ਮਾਤਮਾ ਲੰਮੀ ਉਮਰ ਦੇਊਗਾ। ਜਿਹੜਾ ਡਰਾਮਾ ਉਹਦਾ ਕਰੀ ਜਾਂਦੇ ਹੋ, ਜਿਹੜਾ ਡਰਾਮਾ ਰੱਬ ਨੇ ਰਚਿਆ, ਮੈਨੂੰ ਲੱਗਦਾ ਇਹ ਡਰਾਮਾ ਘੈਂਟ ਰਚ ਕੇ ਇੱਕ ਜਾਈਏ ਆਪਾਂ, ਬਸ ਹੀ ਰੱਬ। ਐਬਸੋਲੂਟਲੀ, ਬਸ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਮੈਮ, ਬਹੁਤ ਧੰਨਵਾਦ, ਦਿਲੋਂ ਖੁਸ਼ੀ ਹੋਈ। ਡੋਨੇਸ਼ਨ ਤੋਂ ਵੀ ਜ਼ਿਆਦਾ ਤੁਹਾਡਾ ਆਉਣਾ, ਮੈਂ ਫਿਰ ਕਹਿ ਰਿਹਾ, ਕਿਉਂਕਿ ਅਸੀਂ ਇੱਥੇ ਰੋਜ਼ ਆਉਣਾ ਅਤੇ ਸਾਨੂੰ ਇਹ ਹੁੰਦਾ ਕਿ ਲੋਕ ਵੱਧ ਤੋਂ ਵੱਧ ਇੱਥੇ ਆ ਕੇ ਬਹਿ ਕੇ ਫੀਲ ਕਰਨ ਅਤੇ ਪੇਸ਼ੈਂਟ ਅਡੋਪਟ ਕਰਨ। ਕਿ ਜਿਵੇਂ ਕੋਈ ਇੱਕ ਬੱਚਾ ਅਡੋਪਟ ਕਰ ਲਿਆ, ਹਾਂਜੀ ਇਹਦੇ ਡਾਇਲਸਿਸ ਮੈਂ ਕਰਾਊਂਗਾ, ਇਹਦਾ ਓਪਰੇਸ਼ਨ ਮੈਂ ਕਰਾ ਦੂੰਗਾ, ਸਾਨੂੰ ਇਹਦੇ 'ਚ ਵੀ ਸੰਤੁਸ਼ਟੀ ਹੈ, ਕਿਉਂਕਿ ਅਸੀਂ ਵੀ ਰਾਤ ਨੂੰ ਸੌਣਾ ਹੁੰਦਾ। ਤੁਸੀਂ 2 ਮਹੀਨੇ ਦੇ ਦਿਓ ਮੈਮ, 2 ਮਹੀਨੇ ਦੇ ਵਿੱਚ ਜਿਹੜੀ ਜਗ੍ਹਾ ਬਣ ਰਹੀ ਨਾ ਆਪਣੀ, ਉਹ ਆਟੋਮੈਟਿਕ ਸਿਸਟਮ ਹੈ, ਉਹਦੇ 'ਚ ਤੁਸੀਂ ਆਨਲਾਈਨ ਪੇਸ਼ੈਂਟ ਅਡੋਪਟ ਕਰੋਗੇ। ਕਿਉਂਕਿ ਮੈਂ ਥੋੜ੍ਹਾ ਜਿਹਾ ਨਾ ਆਪ ਵੀ ਸੰਤੁਸ਼ਟ ਹੋ ਕੇ ਜੀਣਾ ਚਾਹੁੰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਉਦੋਂ ਲੋਕ ਗਾਲਾਂ ਕੱਢਦੇ ਨੇ ਨਾ ਕਈ ਵਾਰੀ ਹੋ ਜਾਂਦਾ। ਕੈਮਰੇ ਤੇ ਅਸੀਂ ਇਹ ਤਾਂ ਨਹੀਂ ਬੋਲ ਕੇ ਦੱਸਣਾ ਕਿ ਅਸੀਂ ਕੀ ਕੀ ਕਰ ਸਕਦੇ ਹਾਂ, ਉਹ ਫਿਰ ਵੀ ਕਿਤੇ ਨਾ ਕਿਤੇ ਉਹ ਹੁੰਦਾ, ਬਸ ਤੁਹਾਡੇ ਨਾਲ ਇਹ ਵਾਅਦਾ ਹੈ ਅਡਾਪਟ ਵਾਲੀ ਜਿਹੜੀ ਪਾਲਿਸੀ ਆ ਤੁਸੀਂ ਕਰੋ ਸ਼ੁਰੂ। ਥੈਂਕ ਯੂ ਬਾਈ, ਪੱਕਾ ਅਸੀਂ ਤੁਹਾਡੇ ਨਾਲ, ਪੱਕਾ ਬਾਈ ਪੱਕਾ, ਬੜੀ ਖੁਸ਼ੀ ਹੋਈ ਬਾਈ ਤੁਹਾਨੂੰ ਮਿਲ ਕੇ ਬਾਈ, ਦਿਲੋਂ ਖੁਸ਼ੀ ਹੋਈ ਬਾਈ, ਮੇਰੇ ਲਈ ਕੋਈ ਸੇਵਾ ਦੀ ਲੋੜ ਹੈ ਬਾਈ, ਮੈਨੂੰ ਜ਼ਰੂਰ ਹੁਕਮ ਲਾਏ। ਥੈਂਕ ਯੂ, ਤੁਸੀਂ ਕਿਸੇ ਦੀ ਵੀ ਜ਼ਿੰਮੇਵਾਰੀ ਸਾਨੂੰ ਦੇ ਰਹੇ ਹੋ, ਪੱਕਾ 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 ਪੱਕਾ।